अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ ਸਲਾਮ ਅਰਜ ਸਾਰੇ ਹੀ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ ਜਿਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਵਾਗਤ ਕਰਦੇ ਹਾਂ ਆਪਣੇ ਮੌਜੂਦ ਮਹਿਮਾਨ ਅਜੀਤ ਅਖਬਾਰ ਸਮੂਹ ਦੇ ਪਟਿਆਲਾ ਤੋਂ ਸੀਨੀਅਰ ਪੱਤਰਕਾਰ ਸਾ ਜਸਪਾਲ ਸਿੰਘ ਢਿੱਲੋਂ ਸਵਾਗਤ ਸਵਾਗਤ ਹੈ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਦੋਸਤੋ ਅੱਜ ਢਿੱਲੋਂ ਸਾਹਿਬ ਆਪਾਂ ਜਿਸ ਮਸਲੇ 'ਤੇ ਗੱਲ ਕਰਨੀ ਹੈ ਬੜਾ ਗੰਭੀਰ ਮਸਲਾ ਹੈ ਕਿਉਂਕਿ ਇੰਡੀਆ ਦੇ ਵਿੱਚ ਜਿੰਨੇ ਲੋਕ ਅੱਤਵਾਦ ਨਾਲ ਨਹੀਂ ਮਰਦੇ ਉਸ ਤੋਂ ਵੱਧ ਲੋਕ ਟੋਇਆਂ ਦੇ ਟੈਰੋਰਿਜ਼ਮ ਖੱਡਿਆਂ ਦੇ ਕਾਰਨ ਆਪਣੀ ਜਾਨ ਗੁਆ ਬੈਠਦੇ ਨੇ। ਹਾਲੀਆ ਘਟਨਾਵਾਂ ਉੱਤਰੀ ਭਾਰਤ 'ਚ ਜੋ ਪ੍ਰਿੰਸ ਤੋਂ ਸ਼ੁਰੂ ਹੋਈਆਂ ਸੀ ਉਸ ਦੀ ਭੇਟ ਹੁਣ ਭਗਵਾਨਪੁਰਾ ਪਿੰਡ ਦੇ ਵਿੱਚ ਫਤਿਹਵੀਰ ਸਿੰਘ ਚੜ੍ਹਿਆ। ਸੋ ਇੱਥੇ ਸਿਸਟਮ ਅਜੇ ਵੀ ਪਿੰਡ ਭਗਵਾਨਪੁਰਾ ਦਾ ਨਹੀਂ ਪੂਰੇ ਭਾਰਤ ਦਾ ਭਗਵਾਨ ਆਸਰੇ ਹੈ ਜਿਸ ਤਰ੍ਹਾਂ ਦਾ ਸਿਸਟਮ ਹੈ। ਫਤਿਹਵੀਰ ਦੀ ਮੌਤ ਕਿਹਨਾਂ ਕਾਰਨਾਂ ਕਰਕੇ ਹੋਈ, ਮਾਪਿਆਂ ਦੀ ਗੁਸਤਾਖੀ ਹੈ, ਸਰਕਾਰਾਂ ਦੀ ਨਲਾਇਕੀ ਹੈ, ਕਈ ਕਾਰਨ ਨੇ। ਅਸੀਂ ਫਤਿਹਵੀਰ ਦੀ ਇਸ ਅਣਹੋਣੀ ਮੌਤ ਤੋਂ ਵੀ ਸਬਕ ਨਹੀਂ ਸਿੱਖਿਆ ਜਿਸ ਨੂੰ ਮਾਪਿਆਂ ਨੇ, ਸਰਕਾਰਾਂ ਨੇ, ਸਮਾਜ ਨੇ ਕਤਲ ਕਰ ਦਿੱਤਾ। ਉਹ ਮਾਸੂਮ ਬੱਚੇ ਨੂੰ ਬਚਾਇਆ ਜਾ ਸਕਦਾ ਸੀ, ਪਰ ਅਫਸੋਸ ਕਿ ਕੁਝ ਸੰਸਥਾਵਾਂ ਜਿਸ ਤਰ੍ਹਾਂ ਡੇਰਾ ਸਿਰਸਾ ਨਾਲ ਸੰਬੰਧਿਤ ਜਿਹੜਾ ਐਨ ਜੀ ਓ ਚੱਲਦੀ ਹੈ ਸਕਰੀਨ ਵੈਲਫੇਅਰ, ਠੀਕ ਹੈ ਬਹੁਤ ਅੱਛਾ ਕੰਮ ਕਰਦੀ ਹੈ ਉਹ, ਪਰ ਇਹ ਕੰਮ ਕਿਸੇ ਪ੍ਰੋਫੈਸ਼ਨਲ ਦਾ ਸੀ, ਨਾ ਕਿ ਇਸ ਤਰ੍ਹਾਂ ਭੀੜ ਦਾ ਜਿਹੜੀ ਇੱਕ ਤਕਨੀਕ ਦੀ ਬਜਾਏ ਵੱਡੇ ਵੱਡੇ ਖੱਡੇ ਪੱਟਦੀ ਰਹੀ। ਤੁਸੀਂ ਬਤੌਰ ਜਰਨਲਿਸਟ ਕੀ ਸੋਚਦੇ ਹੋ ਇਸ ਵਰਤਾਰੇ ਬਾਰੇ? ਦੇਖੋ ਜਿੱਥੋਂ ਸ਼ੁਰੂਆਤ ਹੋਈ ਹੈ ਟਵਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਉੱਥੇ ਆਪਾਂ ਜਾਈਏ ਕਿ 13-14 ਸਾਲ ਤੋਂ ਜਿਹੜਾ ਇਹ ਬੋਰ ਸੀ ਉਹ ਬੰਦ 1984 ਤੋਂ ਬੰਦ ਪਿਆ ਟਲੋਂ ਸਾਹਿਬ। ਇਹ ਜਿਹੜਾ ਬੋਰ ਸੀਗਾ ਉਹ ਨਹੀਂ, 13-14 ਸਾਲ ਪਹਿਲਾਂ ਤਾਂ ਚੱਲਦਾ ਸੀ ਨਾ ਬੋਰ, 84 ਦੇ ਵਿੱਚ ਤਾਂ ਬੋਰ ਕੀਤਾ ਗਿਆ ਸੀਗਾ, 90 ਚ ਇਹਨੂੰ ਫੇਰ ਵਰਤਿਆ ਗਿਆ, ਉਸ ਤੋਂ ਬਾਅਦ ਪੱਕੇ ਤੌਰ ਦੇ ਉੱਤੇ 2004 ਦੇ ਵਿੱਚ ਕਹਿੰਦੇ ਆ ਵੀ ਇਹਨੂੰ ਉਹਨਾਂ ਨੇ ਪੱਕੇ ਤੌਰ 'ਤੇ ਜਿਹੜਾ ਮਸ਼ੀਨਰੀ ਸੀ ਉਹਦੇ ਵਿੱਚੋਂ ਕੱਢ ਲਈ ਸੀ ਅਤੇ ਇਹ ਬੰਦ ਸੀ। ਇੱਕ 200-250 ਰੁਪਈਏ ਦੀ ਜਾਲੀ ਆਉਂਦੀ ਆ, ਕੱਪ ਆਉਂਦਾ ਜਿਹੜਾ ਉਹਦੇ 'ਤੇ ਕੱਸਿਆ ਜਾ ਸਕਦਾ ਸੀ ਜੇ ਇਹ ਰੱਖਣਾ ਸੀ। ਜੇ ਉਹ ਕਿਸੇ ਕੰਮ ਹੀ ਨਹੀਂ ਆਉਂਦਾ ਸੀ ਤਾਂ ਉਹ ਐਡਾ ਵੱਡਾ ਜਿਹੜਾ ਅਰਲਾ ਕੋਟ ਸੀ ਉਹ ਵਿਚਾਲੇ ਘਰ ਦੇ ਗੱਡਿਆ ਕਿਉਂ ਗਿਆ? ਇੱਥੇ ਮਾਪਿਆਂ ਦੀ ਵੀ ਅਣਗਹਿਲੀ ਬਹੁਤ ਵੱਡੀ ਹੈ। ਜੋ ਦੱਸਿਆ ਗਿਆ ਉੱਥੋਂ ਲੋਕਾਂ ਨੇ ਉਹ ਇਹ ਕਹਿੰਦੇ ਨੇ, ਹੋਰ ਵੇਖੋ ਢਿੱਲੋਂ ਸਾਹਿਬ, ਨਹੀਂ ਉਹ ਇਹ ਕਹਿੰਦੇ ਨੇ ਕਿ ਜਿਹੜਾ ਉਹਦਾ ਫਾਦਰ ਸੀ ਉਹ ਗੱਡੀ ਧੋ ਰਿਹਾ ਸੀ, ਇਹਦੇ ਉੱਤੇ ਕੋਈ ਪੱਥਰ ਰੱਖਿਆ ਹੋਇਆ ਸੀ। ਜਿਸ ਵੇਲੇ ਉਹ ਗੱਡੀ ਰਿੜੀ ਉਹ ਪੱਥਰ ਚੱਕ ਕੇ ਉਸ ਨੇ ਗੱਡੀ ਦੇ ਥੱਲੇ ਰੱਖਤਾ ਅਤੇ ਇਹ ਜਿਹੜਾ ਸੀ ਉਹ ਬੋਰੀ ਸੀ ਉਹ ਬਲੀ ਬੋਦੀ ਹੋਈ ਵੀ ਜਿਹਦੇ ਵਿੱਚ ਇਹ ਫਤਿਹਵੀਰ ਜਾ ਕੇ ਡਿੱਗ ਪਿਆ। ਸ਼ੁਰੂਆਤ ਹੁੰਦੀ ਹੈ ਇਸ ਜਗ੍ਹਾ ਤੋਂ ਉੱਥੋਂ ਕਿ ਜਿਹੜੀ ਅਣਗਹਿਲੀ ਸੀ ਉਹ ਮਾਪਿਆਂ ਵੱਲੋਂ ਵੀ ਬਹੁਤ ਵੱਡੀ ਪੱਧਰ 'ਤੇ ਹੋਈ ਸੀ ਉਹਨਾਂ ਦਾ, ਇਸੇ ਕਰਕੇ 6-7 ਸਾਲ ਬਾਅਦ ਇਹ ਬੱਚਾ ਪੈਦਾ ਹੋਇਆ ਸੀ। ਉਹ ਫਤਿਹਵੀਰ ਜਿਸ ਨੇ ਆਪਦੀ ਜਵਾਨੀ ਮਾਰਨੀ ਸੀ, ਬਹੁਤ ਪਤਾ ਨਹੀਂ ਪਰਮਾਤਮਾ ਨੇ ਕੀ ਰੰਗ ਅੱਗੇ ਲਿਆਉਣੇ ਸੀ, ਪਰ ਉਹ ਆਪਣੀ ਜ਼ਿੰਦਗੀ ਦੀ ਹਾਰ ਗਿਆ ਅਤੇ ਫਤਿਹ ਨਹੀਂ ਪਾ ਸਕਿਆ, ਮਤਲਬ ਮੌਤ ਦੇ ਨਾਲ ਜੂਝਦਾ ਰਿਹਾ। ਗੱਲ ਇਹ ਹੈਗੀ ਹੈ ਟਵਾਣਾ ਸਾਹਿਬ ਕਿ ਇਹ ਜਦੋਂ ਉਂਗਲ ਅਸੀਂ ਇੱਕ ਦੂਜੇ ਪਾਸੇ ਵੱਲ ਨੂੰ ਕਰਦੇ ਹਾਂ, ਤਿੰਨ ਉਂਗਲਾਂ ਜਿਹੜੀਆਂ ਸਾਡੇ ਵਾਲੇ ਪਾਸੇ ਨੇ ਉਹਨਾਂ ਵੱਲ ਵੀ ਹੈ। ਹੁਣ ਅਸੀਂ ਸਾਰੇ ਦਾ ਸਾਰਾ ਜਿਹੜਾ ਦਾਰੋਮਦਾਰ ਆ ਉਹ ਸਰਕਾਰਾਂ 'ਤੇ ਦੋਸ਼ ਦੇ ਰਹੇ ਹਾਂ। ਕੋਈ ਸ਼ੱਕ ਨਹੀਂ ਕਿ ਸਰਕਾਰਾਂ ਦੇ ਜਿਹੜੇ ਅਸਲੀ ਕੰਮ ਨੇ, ਜਿਹੜੇ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ, ਉਹ ਸਰਕਾਰਾਂ ਉਹ ਕੰਮ ਨਹੀਂ ਕਰ ਰਹੀਆਂ। ਸਰਕਾਰਾਂ ਨੇ ਸਾਨੂੰ ਘਸਿਆਰੇ ਬਣਾ ਕੇ ਰੱਖਤਾ, ਸਰਕਾਰਾਂ ਨੇ ਸਾਨੂੰ ਮੰਗ 'ਤੇ ਬਣਾ ਕੇ ਰੱਖਤਾ, ਸਰਕਾਰਾਂ ਨੇ ਸਾਨੂੰ ਦੋ ਵਕਤ ਦੀ ਰੋਟੀ ਤੋਂ ਮੁਥਾਜ ਕਰਤਾ, ਸਰਕਾਰਾਂ ਨੇ ਸਾਨੂੰ ਮਤਲਬ ਇਹ ਕਹਿਤਾ ਕਿ ਅਸੀਂ ਸਾਰੇ ਦਾ ਸਾਰਾ ਜਿਹੜਾ ਦਰਮਦਾਰ ਆ ਉਹ ਸਰਕਾਰਾਂ ਵੱਲ ਨੂੰ ਰਹੀਏ। ਆਟਾ ਦਾਲ ਹੈ, ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਨ੍ਹਾਂ ਕੋਲ 25-25, 30-30 ਕਿੱਲੇ ਜ਼ਮੀਨ ਹੈ ਉਹ ਵੀ ਆਟਾ ਦਾਲ ਸਰਕਾਰ ਤੋਂ ਲੈਣ 'ਤੇ ਨਿਰਭਰ ਹੋ ਕੇ ਹੋ ਗਏ ਨੇ, ਜਦਕਿ ਸਾਨੂੰ ਆਪਣੇ ਤੌਰ 'ਤੇ ਸਾਰਾ ਕੁਛ ਕਰਨਾ ਚਾਹੀਦਾ ਸੀ। ਭਾਵ ਸਰਕਾਰਾਂ ਨੇ ਤੁਹਾਨੂੰ ਉੱਥੇ ਲਿਆ ਕੇ ਖੜ੍ਹੇ ਕਰਤਾ, ਅਸੀਂ ਅਗਲੀ ਸਦੀ ਦੇ ਵਿੱਚ ਜਾਣ ਦੀ ਥਾਂ ਅਸੀਂ ਪਿਛਲੀ ਸਦੀ ਵਾਲੇ ਪਾਸੇ ਜਾ ਕੇ ਖੜ੍ਹ ਗਈਆਂ। ਇਹ ਜਿਹੜੇ ਟੋਏ ਜਾਂ ਕੁਛ ਹੋਰ ਹੈ, ਜੇ ਆਪਾਂ ਕਹਾਂਗੇ ਕਿ ਸਰਕਾਰਾਂ ਨੇ ਲਿਆ ਕੇ ਕਰਨੇ, ਇਕੱਲੀਆਂ ਸਰਕਾਰਾਂ ਨੇ ਨਹੀਂ ਕਰਨੇ ਹੈਗੇ, ਟਰੇਸ ਨਹੀਂ ਹੋ ਸਕਦੇ। ਹੁਣ ਜਿਵੇਂ ਡੀ ਸੀ ਨੂੰ ਹੁਕਮ ਦਿੱਤਾ ਕਿ ਟੋਏ ਬੰਦ ਕਰਾਓ, ਕਿਹਨੂੰ ਜਾ ਕੇ ਕਹਿਣਗੇ? ਜੱਟਾਂ ਨੇ ਮਗਰ ਪੈ ਜਾਣਾ ਕਿ ਅਸੀਂ ਨਹੀਂ ਬੰਦ ਕਰਨਾ। ਮੈਂ ਸਭ ਤੋਂ ਵੱਧ ਸੰਗਰੂਰ ਦੇ ਵਿੱਚ ਜਿਹੜੀਆਂ ਇੱਕ ਸੋ ਕਾਲਡ ਕਿਸਾਨ ਯੂਨੀਅਨ ਹੈ ਨੀ, ਇਹਨਾਂ ਤੋਂ ਜੇ ਪੁੱਛਿਆ ਜਾਵੇ ਕਿ ਕੋਈ ਚੱਜ ਦਾ ਕੰਮ ਤੁਸੀਂ ਕੀਤਾ ਹੈਗਾ, ਸਵੈ ਇਸ 'ਤੇ ਕਿ ਅਸੀਂ ਤਾਂ ਜੀ ਝੋਨਾ ਜਿਹੜਾ ਹੈਗਾ ਪਹਿਲਾਂ ਬੀਜਾਂਗੇ, ਜੇ ਅਸੀਂ ਜਿਹੜੀਆਂ ਅੱਗ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਲਾਵਾਂਗੇ, ਸਾਨੂੰ ਤੁਸੀਂ ਰੋਕ ਕੇ ਦਿਖਾਓ। ਵੇਖੋ ਮਾਨਸਿਕਤਾ ਹੈ ਕਿ ਬਿਜਲੀ ਦੀ ਫ੍ਰੀ ਯੂਨਿਟਾਂ ਦੀ ਮੋਨੀਟਰਿੰਗ ਵਾਸਤੇ ਮੀਟਰ ਲੱਗਣੇ ਸ਼ੁਰੂ ਹੋਏ ਅਕਾਲੀ ਵਜ਼ਾਰਤ 'ਚ,
ਉਹਦਾ ਕਾਰਨ ਇਹ ਸੀ ਕਿ ਜਿੰਨੀ ਤੁਹਾਨੂੰ ਬਿਜਲੀ ਮਿੱਥੀ ਹੈ ਜਾਂ ਜਿੰਨੀ ਬਿਜਲੀ ਹੈ, ਜੇ ਤੁਸੀਂ ਉਨੀ ਇੱਕ ਮਿੱਥ ਹੱਦ ਤੋਂ ਜੇ ਤੁਸੀਂ ਬਚਾ ਲੈਂਦੇ ਹੋ ਤੁਹਾਨੂੰ ਉਹਨਾਂ ਯੂਨਿਟਾਂ ਦੇ ਪੈਸੇ ਮਿਲਣਗੇ, ਜਾਣੀ ਕਿ ਫਾਲਤੂ ਬਿਜਲੀ ਤੁਸੀਂ ਨਾ ਉਹ ਕਰੋ, ਜਿੰਨੀ ਸਾੜਨੀ ਹੈ ਸਾੜੋ, ਪਰ ਇੱਕ ਹੱਦ ਅਸੀਂ ਜੇ ਵੱਧ ਗਈ ਅਸੀਂ ਪੈਸੇ ਨਹੀਂ ਲਵਾਂਗੇ, ਜਿੰਨੀ ਹੱਦ ਮਿੱਥੀ ਹੈ ਜੇ ਉਸ ਤੋਂ ਤੁਸੀਂ ਘੱਟ ਫੂਕੀ ਤੁਹਾਨੂੰ ਪਰ ਯੂਨਿਟ ਪੈਸੇ ਦਿੱਤੇ ਜਾਣਗੇ, ਤਾਂ ਜੋ ਲੋਕ ਸੰਜਮ ਕਰ ਸਕਣ, ਪਾਣੀ ਦੀ ਵੇਸਟੇਜ ਰੋਕੇ, ਬਿਜਲੀ ਦੀ ਵੇਸਟੇਜ ਰੋਕੇ। ਸੋ ਉੱਥੇ ਵੀ ਕਿਸਾਨਾਂ ਨੇ ਮੀਟਰਾਂ ਦਾ ਵਿਰੋਧ ਕਰ ਦਿੱਤਾ ਕਿ ਨਹੀਂ, ਇਹ ਤਾਂ ਪਹਿਲਾਂ ਮੀਟਰ ਲਾਉਣਗੇ ਫਿਰ ਬਿੱਲ ਲਾਉਣਗੇ। ਦੇਖੋ, ਮੈਂ ਇਸ ਦੇ ਡੂੰਘਾਈ ਦੇ ਵਿੱਚ ਹੋਰ ਜਾਵਾਂ। ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਕਿਸਾਨਾਂ ਦੀਆਂ ਜਥੇਬੰਦੀਆਂ ਨੇ, ਇੱਥੇ ਕੋਈ ਆੜਤ ਜਾਂ 100 ਗ੍ਰਾਮ ਵੱਧ ਤੋਲਦੇ ਉਹਦੇ ਜਾ ਕੇ ਡੇਰਾ ਲਾ ਲੈਣਗੇ। ਅੱਜ ਤੱਕਰ ਇਹਨਾਂ ਨੇ ਕਦੇ ਉਸ ਦੁਕਾਨ 'ਤੇ ਡੇਰਾ ਲਾਇਆ ਜਿੱਥੇ ਪੈਸਟੀਸਾਈਡ ਡੁਪਲੀਕੇਟ ਤੌਰ ਦੇ ਉੱਤੇ ਸ਼ਰਿਆਂ ਵਿਕ ਰਿਹਾ ਹੈਗਾ, ਜਿਹਦੇ ਕਰਕੇ ਜਿਹੜੀ ਨਰਮਾ ਪੱਟੀ ਸੀ ਉਹਨਾਂ ਦੀ ਜਿਹੜੀ ਸੁੰਡੀ ਖਤਮ ਨਹੀਂ ਹੋਈ ਹੈਗੀ। ਇਹਨਾਂ ਨੇ ਜਿਹੜਾ ਕੁੱਲ ਮਿਲਾ ਕੇ ਦੇਖਿਆ ਜਾਵੇ ਟਵਾਣਾ ਸਾਹਿਬ, ਤਾਂ ਜਦੋਂ ਝੋਨੇ ਦਾ ਸੀਜ਼ਨ ਆਉਂਦਾ, ਕਿਸਾਨ ਨੂੰ ਇਹਦੇ ਪਾਣੀ ਦੀ ਵਰਤੋਂ ਉਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੈ, ਉਸ ਤੋਂ ਬਾਅਦ ਓਨੀ ਪਾਣੀ ਦੀ ਵਰਤੋਂ ਨਹੀਂ ਪੈਂਦੀ ਹੈਗੀ। ਮੈਂ ਸਮਝਦਾ ਵੀ ਕਿਸੇ ਹੱਦ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਨੀਤੀਆਂ ਵੀ ਇਹਦੇ ਲਈ ਕੰਮ ਜ਼ਿੰਮੇਵਾਰ ਨੇ। ਹਾਲ ਹੀ ਵਿੱਚ ਹਰਿਆਣੇ ਨੇ ਇੱਕ ਜਗਾੜ ਜੇ ਨਵੀਂ ਨੀਤੀ ਪੈਦਾ ਕਰਕੇ ਦਿੱਤੀ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਕਹਿਤਾ ਕਿ ਜਿਹੜਾ ਬੰਦਾ ਝੋਨਾ ਬੀਜੂਗਾ ਉਸ ਨੂੰ ਅਸੀਂ ਟਿਊਬਵੈੱਲ ਕਨੈਕਸ਼ਨ ਜਿਹੜਾ ਹੈਗਾ ਉਹ ਨਹੀਂ ਦੇਵਾਂਗੇ। ਦੂਜਾ, ਉਹਨਾਂ ਨੇ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਹੈ ਵੀ ਜਿਹੜਾ ਕਿਸਾਨ ਮੱਕੀ ਬੀਜੇਗਾ ਉਸ ਕਿਸਾਨ ਨੂੰ ਅਸੀਂ ਸਬਸਿਡੀ ਦੇਵਾਂਗੇ, ਜੋ ਸਾਡੇ ਵੀ ਦਿੱਤੀ ਜਾ ਸਕਦੀ ਹੈ। ਇਹ ਜਿਹੜੀਆਂ ਪਾਲਿਸੀਆਂ ਨੇ ਉਹ ਸਰਕਾਰਾਂ ਕਿਉਂ ਬਣਾਉਣ? ਇਹ ਕੌਮੀ ਪੱਧਰ ਦੇ ਉੱਤੇ ਤੁਹਾਨੂੰ ਪਾਲਿਸੀ ਬਣਾਉਣ ਦੀ ਲੋੜ ਹੈ। ਜਦੋਂ ਤੱਕ ਤੁਸੀਂ ਕੌਮੀ ਪੱਧਰ ਦੇ ਉੱਤੇ ਪਾਲਿਸੀ ਨਹੀਂ ਬਣਾਵਾਂਗੇ, ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੀ ਇਸ ਕਰਕੇ ਕੀਤੀਆਂ ਗਈਆਂ ਨੇ। ਜਿਵੇਂ ਬਹੁਤ ਸਾਰੇ ਰਾਜ ਨੇ ਉਹ ਅਫੀਮ ਦੀ ਖੇਤੀ ਕਰਦੇ ਨੇ, ਦੂਜੇ ਰਾਜਾਂ ਦੇ ਵਿੱਚ NDPS ਦੇ ਵਿੱਚ ਅਸੀਂ ਚੱਕ ਚੱਕ ਕੇ ਪਰਚੇ ਦੇ ਰਹੇ ਹਾਂ, ਅੱਧੀ ਤੋਂ ਵੱਧ ਪੁਲਿਸ ਉਸ ਪਾਸੇ ਵੱਲ ਲੱਗੀ ਹੋਈ ਹੈ। ਗੱਲ ਇਹ ਹੈ ਜੇ ਕੌਮੀ ਪੱਧਰ ਤੇ ਇੱਕ ਪਾਲਿਸੀ ਹੋਵੇ, ਪਿੰਡਾਂ ਵਾਲਿਆਂ ਨੇ ਸਮਝਣਾ ਨਹੀਂ। ਇਹ ਫਤਿਹਵੀਰ ਦੇ ਮਾਮਲੇ 'ਚ ਦੇਖੋ ਕਿੱਡਾ ਹਾਦਸਾ ਵਾਪਰਿਆ, ਕਿੰਨੇ ਪੈਸੇ ਵੀ ਲਗਾਏ, ਸਾਰਾ ਕੁਝ ਵੇਸਟ ਗਿਆ। ਚੌਪਰ ਦੇ ਨਾਲ ਡੈਡ ਬੋਡੀ ਆਉਂਦੀ ਹੈ, ਸਰਕਾਰ ਆਪਣਾ ਪਨਾਹ ਬਚਾਉਣਾ ਚਾਹੁੰਦੀ ਹੈ। ਇਸ ਦੌਰਾਨ ਕਿਤੇ ਨਾ ਕਿਤੇ ਲਾਪਰਵਾਹੀ, ਜਿਸ ਤਰ੍ਹਾਂ ਉਸ ਬੱਚੇ ਨੂੰ ਹੁਣ ਆਖਰ ਦੇ ਵਿੱਚ ਉਸ ਕੁੰਡੀ ਨਾਲ ਹੀ ਕੱਢਿਆ ਗਿਆ, ਬਜਾਏ ਮਤਲਬ ਉਹ ਤਕਨੀਕ ਵਰਤਣ ਦੇ, ਕਿਉਂਕਿ ਰੋਬੋਟ ਸਿਸਟਮ ਨਾਲ ਵੀ ਕੱਢਿਆ ਜਾ ਸਕਦਾ ਸੀ, ਹੋਰ ਵੀ ਸਿਸਟਮ ਜੋ ਨਹੀਂ ਸੀ, ਕਿਉਂਕਿ ਉਹ ਬੱਚੇ ਨੂੰ ਕੁੰਡੀ ਪਾਈ ਗਈ, ਰੱਸੀ ਪਾਈ ਗਈ ਪਹਿਲੇ ਦਿਨ ਸੇਫਟੀ ਦੇ ਵਾਸਤੇ, ਪਰ ਉਹ ਖਿੱਚਿਆ ਨਹੀਂ ਗਿਆ ਕਿਉਂਕਿ ਉਹ ਬੋਰੀ 'ਚ ਸਟੱਕ ਹੋਇਆ ਸੀਗਾ। ਅਤੇ ਉਹ ਕਿਉਂਕਿ ਬੋਰੀ ਜਦੋਂ ਕੋਈ ਵੀ ਚੀਜ਼ ਜਿਵੇਂ ਰਿਵਾਲਵਰ ਦੀ ਗੋਲੀ ਆ ਉਹ ਇਸ ਤਰ੍ਹਾਂ ਗਰੂਮ ਕਰਦੀ ਹੈ, ਘੁੰਮ ਕੇ ਜਾਂਦੀ ਹੈ, ਬੱਚਾ ਐਂਟੀ ਕਲੋਕ ਵਾਈਜ਼ ਘੁੰਮ ਕੇ ਨੀਚੇ ਗਿਆ, ਅਤੇ ਇਹਨਾਂ ਨੇ ਫਿਰ ਕਲੋਕ ਵਾਈਜ਼ ਕੁੰਡੀ ਘੁੰਮਾ ਕੇ ਉਸ ਬੋਰੀ ਨੂੰ ਪੱਟਿਆ, ਜਿਸ ਤਰ੍ਹਾਂ ਉਹ ਗੁਰਿੰਦਰ ਗਿੰਦੀ ਮੁੰਡਾ ਮੰਗਵਾਲ ਦਾ ਜਿਹੜਾ ਮੋਟਰਾਂ ਡਿੱਗੀਆਂ ਹੋਈਆਂ ਸਮਰਸੀਬਲਾਂ 'ਚੋਂ ਕੱਢਦਾ, ਉਹਦੀ ਤਕਨੀਕ ਨਾਲ ਹੀ ਫਿਰ ਇਸ ਬੱਚੇ ਦੀ ਡੈਡ ਬੋਡੀ ਬਾਹਰ ਆਈ। ਪਰ ਉਸ ਦੌਰਾਨ ਪਹਿਲੇ ਦਿਨ ਇਹ ਰਿਸਕ ਕਿਉਂ ਨਹੀਂ ਲਿਆ ਗਿਆ? ਦੇਖੋ, ਦੋ ਗੱਲਾਂ ਹੁੰਦੀਆਂ ਨੇ। ਮੈਂ ਸਮਝਦਾ ਹੈਗਾ ਕਿ ਪਹਿਲੇ ਦਿਨ ਇਸ ਕਰਕੇ ਰਿਸਕ ਨਹੀਂ ਲਿਆ ਗਿਆ ਹੋਣਾ ਕਿ ਕੋਈ ਬੰਦਾ ਨਹੀਂ ਚਾਹੁੰਦਾ ਸੀਗਾ ਕਿ ਫਤਿਹਵੀਰ ਦੀ ਮੌਤ ਹੋਵੇ, ਭਾਵੇਂ ਉਹ ਪ੍ਰਸ਼ਾਸਨ ਸੀ, ਭਾਵੇਂ ਮਾਪੇ ਸੀ, ਭਾਵੇਂ ਜਿਹੜੇ ਵੀ ਟੀਮਾਂ ਉੱਥੇ ਲੱਗੀਆਂ ਹੋਈਆਂ ਸੀ, ਸਾਰੇ ਇਹ ਗੱਲ ਕਹਿੰਦੇ ਸੀ ਕਿ ਫਤਿਹਵੀਰ ਨੂੰ ਜਿੰਦਾ ਕੱਢਿਆ ਜਾਵੇ ਜਿਵੇਂ ਕਿ ਪ੍ਰਿੰਸ ਨੂੰ ਕੱਢਿਆ ਗਿਆ ਸੀ। ਉਹਨਾਂ ਦੋਨਾਂ ਹਾਲਾਤਾਂ ਦੇ ਵਿੱਚ ਫਰਕ ਹੈ ਥੋੜ੍ਹਾ ਜਿਹਾ। ਜਿਹੜਾ ਪ੍ਰਿੰਸ ਡਿੱਗਿਆ ਸੀਗਾ ਉਹ ਨਵੰਬਰ ਦੇ ਮਹੀਨੇ ਡਿੱਗਿਆ ਸੀ, ਉਸ ਵੇਲੇ ਠੰਡ ਹੁੰਦੀ ਹੈ, ਖਾਣ ਪੀਣ ਨੂੰ ਵੀ ਦਿੱਤਾ ਜਾਂਦਾ, ਖਾਣ ਪੀਣ ਨੂੰ ਇਸ ਕਰਕੇ ਦਿੱਤਾ ਗਿਆ ਸੀ ਕਿ ਪ੍ਰਿੰਸ ਜਿਹੜਾ ਸੀ ਉਹ ਕੈਵਿਟੀ ਦੇ ਵਿੱਚ ਜਾ ਪਹੁੰਚਿਆ ਸੀ ਥੱਲੇ, ਇਹ ਬੱਚਾ ਪਾਈਪ ਦੇ ਵਿੱਚ ਸੀ, ਉੱਪਰਲੇ ਪਾਸੇ ਪਾਈਪ 9 ਇੰਚ ਸੀ, ਥੱਲਿਓ ਜਾ ਕੇ ਪਾਈਪ 7 ਇੰਚ ਹੋ ਗਿਆ, ਉਸ ਤੋਂ ਅੱਗੇ ਉਹਦੇ ਫਿਲਟਰ ਲੱਗਿਆ ਹੋਇਆ ਸੀ, ਜਿਹਦੇ ਕਰਕੇ ਇਸ ਰੂਹ ਕੱਢੇ, ਜੇ ਬੱਚਾ ਕੈਵਿਟੀ 'ਚ ਚਲਿਆ ਜਾਂਦਾ ਤਾਂ ਸਾਈਡ ਤੋਂ ਕੱਢਿਆ ਜਾ ਸਕਦਾ, ਸੌਖਾ ਸੀ, ਔਰ ਬੱਚਾ ਅਜੇ ਜ਼ਿਆਦਾ ਦੇਰ ਕੱਟ ਵੀ ਜਾਂਦਾ। ਦੂਜਾ, ਤੁਸੀਂ ਦੇਖਿਆ ਹੋਣਾ ਟੈਂਪਰੇਚਰ ਥੱਲੇ ਵੀ, ਬਾਹਰਲੇ ਪਾਸੇ ਟੈਂਪਰ 45 ਤੋਂ 47 ਦਰਜੇ ਤੱਕ ਸੀਗਾ, ਫਿਰ ਅਸੀਂ ਹਜੂਮ ਇੰਨਾ ਇਕੱਠਾ ਹੋ ਕੇ ਉੱਥੇ ਖੜ੍ਹ ਗਿਆ। ਜੇ ਵਿਦੇਸ਼ਾਂ ਦੇ ਵਿੱਚ ਤੁਸੀਂ ਗੱਲ ਕਰੋ ਤਾਂ ਜਿਹੜੀ ਟੀਮ ਨਿਰਧਾਰਿਤ ਹੁੰਦੀ ਹੈ ਟੈਕਨੀਕਲ, ਉਸ ਤੋਂ ਇਲਾਵਾ ਕੋਈ ਬੰਦਾ ਉੱਥੇ ਨਹੀਂ ਜਾਂਦਾ। ਪਰ ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਜਦੋਂ ਬੰਦੇ ਦਾ ਸੰਸਕਾਰ ਹੋਵੇ ਅਤੇ ਜਦੋਂ ਕਿਤੇ ਇਹੋ ਜਿਹੀ ਗੱਲ ਹੋਵੇ ਤਾਂ ਉੱਥੇ ਡਾਇਰੈਕਟਰ 25-30 ਵੈਸੇ ਆ ਪਹੁੰਚਦੇ ਨੇ, ਜਿਹੜੀ ਆਪਣੀ ਆਪਣੀ ਡਾਇਰੈਕਸ਼ਨ ਦਿੰਦੇ ਨੇ ਕਿ ਇਹ ਐਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ। ਮੈਂ ਇਹ ਸਮਝਦਾ ਕਿ ਉਹ ਨੇੜੇ ਵਾਲੀ ਥਾਂ ਦੇ ਉੱਤੇ ਪ੍ਰਸ਼ਾਸਨ ਨੂੰ, ਬਾਕੀ ਬੰਦਿਆਂ ਨੂੰ ਦੂਰ ਰੱਖ ਕੇ ਸਿਰਫ ਅਤੇ ਸਿਰਫ ਟੈਕਨੀਕਲ ਟੀਮ ਨੂੰ ਹੀ ਉੱਥੇ ਰੱਖਣਾ ਚਾਹੀਦਾ ਸੀਗਾ। ਇਸ ਮਾਮਲੇ ਦੇ ਵਿੱਚ ਟੈਕਨੀਕਲ ਟੀਮ ਨੂੰ ਨੇੜੇ ਲਿਜਾਣ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਨਾਕਾਮਯਾਬ ਰਿਹਾ, ਸਰਕਾਰ ਨਾਕਾਮਯਾਬ ਰਹੀ ਹੈ। ਸਰਕਾਰ ਨੇ ਚੌਥੇ ਦਿਨ ਜਾ ਕੇ, ਅਫਸੋਸ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਦੇ ਉੱਤੇ ਚੌਥੇ ਦਿਨ ਜਾ ਕੇ ਬੋਲੇ ਨੇ। ਚੌਥੇ ਦਿਨ ਉਹਨਾਂ ਨੇ ਟਵੀਟ ਕੀਤਾ ਕਿ ਮੈਂ DC ਨੂੰ ਸਾਰੇ ਹੁਕਮ ਕਰ ਦਿੱਤੇ ਹੈਗੇ ਨੇ, ਜਦਕਿ ਸਰਕਾਰ ਨੂੰ ਕਿਸੇ ਨਾ ਕਿਸੇ ਮੰਤਰੀ ਨੂੰ ਨਾਮਜ਼ਦ
ਸਾਬਤ ਕਰਕੇ ਕਿ ਇਹ ਟੀਮ ਹੈ ਜਿਹੜੀ ਜਾਵੇਗੀ ਫੌਜ ਨਾਲ ਵੀ ਇਸ ਮਾਮਲੇ ਦੇ ਵਿੱਚ ਪਹਿਲੇ ਦਿਨ ਹੀ ਗੱਲਬਾਤ ਕਰ ਲਈ ਜਾਂਦੀ ਫੌਜ ਕੋਲ ਟੈਕਨੀਕਲ ਟੀਮ ਹੁੰਦੀ ਹੈ ਹੁਣ ਉੱਥੇ ਤਿੰਨ ਚਾਰ ਦਿਨ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹ ਸਰਸੇ ਵਾਲਿਆਂ ਦੀ ਜਿਹੜੀ ਉਹ ਟੀਮ ਦੇ ਮੈਂਬਰ ਨੇ ਉਹ ਲੱਗੇ ਰਹੇ ਫਿਰ ਇੱਕ ਦੂਜੀ ਟੀਮ ਉੱਥੇ ਆ ਕੇ ਆ ਗਈ ਤੀਜੀ ਟੀਮ ਆ ਗਈ ਚੌਥੀ ਟੀਮ ਆ ਗਈ ਕਿਸੇ ਦਾ ਆਪਸੀ ਕੋਆਰਡੀਨੇਟ ਮੈਂ ਜਿਹੜੀ ਤਾਲਮੇਲ ਸੀ ਉਹ ਮੈਨੂੰ ਕੋਈ ਬਾਹਲੀ ਪੱਧਰ 'ਤੇ ਨਜ਼ਰ ਨਹੀਂ ਆਇਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਸੀ ਕਿ ਸਿਰਫ ਟੈਕਨੀਕਲ ਟੀਮ ਭਾਵੇਂ ਫੌਜ ਦੀ ਬੁਲਾ ਕੇ ਕਰਦੇ ਜਾਂ NDRF ਦੀ ਕਰਦੇ ਜਾਂ ਕਿਸੇ ਹੋਰ ਦੀ ਇੱਕ ਬੰਦਾ ਹੈਗਾ ਮਿੰਟੂ ਗੁਰੂ ਸਰੀਆ ਉਸ ਦੀ ਇੱਕ ਵਾਇਰਲ ਹੋਈ ਆ ਉਸਨੇ ਦੱਸਿਆ ਕਿ ਫੌਜ ਦੇ ਕੋਲ ਕਿਸੇ ਬਾਹਰਲੇ ਸੂਬੇ ਦੇ ਵਿੱਚ ਜਿਹੜੀ ਲੇਟੈਸਟ ਟੈਕਨੀਕ ਦਾ ਯੰਤਰ ਹੈਗਾ ਜਿਹਨੂੰ ਰੋਬੋਟ ਕਹਿੰਦੇ ਆ ਸ਼ਾਇਦ ਉਹ ਕਹਿੰਦਾ ਵੀ ਸਾਡੇ ਕੋਲ ਹੈਗਾ ਉਹ ਚੌਪਰ ਰਾਹੀਂ ਉੱਥੇ ਆ ਪਰ ਸਰਕਾਰ ਸਾਨੂੰ ਪਹਿਲਾਂ ਉਸ ਤੋਂ ਆਗਿਆ ਦੇਵੇ ਜੋ ਉਹ ਕਹਿੰਦੇ ਨੇ ਕਿ ਸਾਡੀ ਕਿਸੇ ਵੀ ਅਧਿਕਾਰੀ ਨੇ ਕਿਸੇ ਉੱਚ ਅਧਿਕਾਰੀ ਨਾਲ ਗੱਲ ਕਰਨ ਤੱਕ ਦੀ ਨਹੀਂ ਸਮਝੀ ਇਸੇ ਕਰਕੇ ਪ੍ਰਸ਼ਾਸਨ ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਸਵਾਲ ਉੱਠ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ 'ਚ ਸ਼ੇਰਗਿੱਲ ਸਾਹਿਬ ਨੇ ਜਿਹੜੇ ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਕੈਪਟਨ ਸਾਹਿਬ ਆਪ ਫੌਜੀ ਨੇ ਪਰ ਉਹਨਾਂ ਨੇ ਜੋ ਹੁਣ ਸਪਸ਼ਟ ਕੀਤਾ ਕਿ ਜਿਹੜੀ ਤਕਨੀਕ NDRF ਕੋਲ ਹੈ ਉਹੀ ਤਕਨੀਕ ਫੌਜ ਕੋਲ ਹੈ ਰਿਬੋਟ ਵਾਲੀ ਗੱਲ ਪਤਾ ਨਹੀਂ ਕਿੰਨੀ ਕੁ ਸੱਚਾਈ ਹੈ ਪਰ ਜਿੰਨਾ ਵੀ ਉਹ ਨਦੀਮ ਹਿਸਾਰ 'ਚ ਪਿੱਛੇ ਜੇ ਇਸ ਤਰ੍ਹਾਂ ਕੱਢਿਆ ਗਿਆ ਸੀ ਨਦੀਮ ਜਿੰਦਾ ਵਾਪਸ ਕੱਢ ਲਿਆ ਗਿਆ ਹਿਸਾਰ ਤੋਂ ਉਹ ਵੀ NDRF ਨੇ ਅਤੇ ਫੌਜ ਨੇ ਮਿਲ ਕੇ ਕੱਢਿਆ ਸੀ ਰਿਬੋਟ ਵਾਲੀ ਤਕਨੀਕ ਕਿਤੇ ਨਹੀਂ ਵਰਤੀ ਗਈ ਪਰ ਇਸ ਦੌਰਾਨ ਕਿਤੇ ਨਾ ਕਿਤੇ ਕੋਆਪਰੇਸ਼ਨ ਦੀ ਘਾਟ ਜ਼ਰੂਰ ਸੀ ਕੁਛ ਗੱਲਾਂ ਇਹ ਵੀ ਉੱਠ ਰਹੀਆਂ ਨੇ ਕਿ ਪਰਿਵਾਰ ਵਾਲੇ ਡੇਰਾ ਸਿਰਸਾ ਨਾਲ ਸੰਬੰਧਿਤ ਨੇ ਪਰ ਜਿਹੜੇ ਸਾਡੇ ਰਿਪੋਰਟਰ ਨੇ ਜਾ ਕੇ ਵੇਖਿਆ ਕਿ ਉਸ ਸਿੱਧੂ ਪਰਿਵਾਰ ਹੈ ਵੈਸੇ ਤਾਂ ਜ਼ਿਮੀਂਦਾਰਾ ਪਰਿਵਾਰ ਹੈ ਚੰਗਾ ਜਿਹੜੇ ਲੋਕ ਨੇ ਕਈ ਇਕੱਠੇ ਲੋਕ ਨੇ ਕਈ ਭਰਾ ਲੋਕ ਅਤੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਸਥਿਤੀ ਹੈ ਉਹਨਾਂ ਦੇ ਘਰ ਡੇਰਾ ਬਿਆਸ ਦੇ ਮੁਖੀ ਦੀਆਂ ਫੋਟੋਆਂ ਜ਼ਰੂਰ ਨੇ ਇਹ ਕਲੀਅਰ ਨਹੀਂ ਕਿ ਉਹ ਡੇਰਾ ਸਿਰਸਾ ਨਾਲ ਨੇ ਚਲੋ ਡੇਰਾ ਸਿਰਸਾ ਨਾਲ ਵੀ ਹੋਣ ਜਿਹੜੀ ਐਸ ਗ੍ਰੀਨ ਵੈਲਫੇਅਰ ਹੈ ਠੀਕ ਹੈ ਡੇਰਾ ਮੁਖੀ ਆਪਣੇ ਆਪ 'ਚ ਵਿਵਾਦਤ ਹੈ ਉਹ ਕੀਤੇ ਦੀ ਸਜ਼ਾ ਭੁਗਤ ਰਿਹਾ ਪਰ ਜਿਹੜੀ ਐਸ ਗ੍ਰੀਨ ਵੈਲਫੇਅਰ ਹੈ ਉਹ ਇੱਕ ਕਾਜ ਕਰਦੀ ਹੈ ਜੋ ਸੇਵਾ ਕਰਦੀ ਹੈ ਪਰ ਇੱਥੇ ਸੇਵਾ ਰੁੱਖ ਲਾਉਣ ਦੀ ਜਾਂ ਰਾਹ ਪੱਕਾ ਕਰਨ ਦੀ ਤਾਂ ਟੈਕਨੀਕਲ ਜ਼ਰੂਰਤ ਸੀ ਨਾ ਇੱਥੇ ਤਾਂ ਟੈਕਨੀਕਲ ਟੀਮ ਚਾਹੀਦੀ ਸੀ ਰਾਣਾ ਸਾਹਿਬ ਉਹੀ ਗੱਲ ਮੈਂ ਕਹਿ ਰਿਹਾ ਹੈਗਾ ਕਿ ਜਦੋਂ ਪੈਰਲਲ ਕਰਕੇ ਅਸੀਂ ਉਹ ਪੁਰਾਣੀ ਟੈਕਨੀਕ ਅਪਣਾਈ ਆ ਜਿਹੜੀ ਪੁਰਾਣੇ ਜਵਾਨ ਪਿੰਡਾਂ ਦੇ ਵਿੱਚ ਖੂਹਾਂ ਪੱਟਦੇ ਹੁੰਦੇ ਸੀ ਬਾਲਟੀ ਰਾਹੀਂ ਬੰਦਾ ਥੱਲੇ ਤਾਰਿਆ ਜਾਂਦਾ ਬਾਲਟੀਆਂ ਭਰ ਭਰ ਕੇ ਅਸੀਂ ਉੱਪਰ ਲਿਆ ਰਹੇ ਹਾਂ ਵੋਟਾਂ ਅਸੀਂ ਮਸ਼ੀਨਾਂ 'ਤੇ ਪਾ ਰਹੇ ਹਾਂ ਜਿਸ ਰਾਜ ਨੇ ਮਸ਼ੀਨ ਦੇਸ਼ ਨੇ ਮਸ਼ੀਨ ਬਣਾਈ ਹੈ ਉਹ ਆਪਦੀ EVM 'ਤੇ ਕਦੇ ਕਰਾਉਂਦੇ ਨਹੀਂ ਗੇ ਇਹ ਸਾਡੇ ਗੱਲ 'ਤੇ ਮੜ ਦਿੱਤੀਆਂ ਹੈਗੀਆਂ ਨੇ ਅਤੇ ਜਿਹੜੀ ਇਸ ਤਰ੍ਹਾਂ ਦੀ ਜਦੋਂ ਆਫਤ ਆਉਂਦੀ ਹੈਗੀ ਹੈ ਉਸ ਵੇਲੇ ਅਸੀਂ ਉਹੀ ਜਿਹੜੀ ਅੱਜ ਤੋਂ 100 ਸਾਲ ਪੁਰਾਣੀ ਟੈਕਨੀਕ ਹੈ ਬਾਲਟੀਆਂ ਦੇ ਰਾਹੀਂ ਜੇ ਉੱਥੇ 5 ਕਿਲੋ ਮਿੱਟੀ ਬਾਹਰ ਕੱਢੀ ਜਾਂਦੀ ਸੀ ਤਾਂ ਰੇਤਲੀ ਜ਼ਮੀਨ ਸੀ ਤਾਂ 20 ਕਿਲੋ ਮਿੱਟੀ ਹੋਰ ਥੱਲੇ ਜਾ ਵੜਦੀ ਸੀਗੀ ਇਸ ਜਗ੍ਹਾ ਦੇ ਉੱਤੇ ਹੱਦ ਇਸ ਗੱਲ ਦੀ ਹੋਈ ਪਈ ਹੈ ਵੀ ਇਹ 133 ਕਰੋੜ ਮੁਲਕ ਦੇ ਕੋਲ ਇੱਕ ਵੀ ਟੈਕਨੀਕ ਨਹੀਂ ਹੈਗੀ ਜੇ ਇਸ ਤਰ੍ਹਾਂ ਦੀ ਗੱਲ ਵਾਪਰ ਜਾਵੇ ਉਸ ਨੂੰ ਬਾਹਰ ਕੱਢਿਆ ਜਾਵੇ ਸਟੇਟ ਪੱਧਰ 'ਤੇ ਦੇਸ਼ ਪੱਧਰ 'ਤੇ 2-4 ਰਾਜ ਇਕੱਠੇ ਕਰ ਲੈਣ ਇਹ ਵੀ ਗੱਲ ਆ ਰਹੀ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਜਿਹੀਆਂ ਮਸ਼ੀਨਾਂ ਹੈਗੀਆਂ ਨੇ ਜਿਹੜੀਆਂ 2 ਘੰਟੇ ਦੇ ਵਿੱਚ 1 ਮੀਟਰ ਡਾਇਆ ਦਾ 70 ਫੁੱਟ ਥੱਲੇ ਟੋਆ ਮਾਰ ਦਿੰਦੀਆਂ ਨੇ ਉਹ ਮਸ਼ੀਨਾਂ ਲਿਆਉਣੀਆਂ ਇੱਥੇ ਕੋਈ ਔਖੀਆਂ ਨੇ ਅਸੀਂ ਹੋਰ ਖਰਚੇ ਤਾਂ 50 ਕਿਸਮ ਦੇ ਪੈਦਾ ਕਰ ਲਏ ਸਬਸਿਡੀਆਂ ਅਸੀਂ ਕਰੋੜਾਂ ਰੁਪਈਏ ਦੇ ਵਿੱਚ ਦੇ ਰਹੇ ਹਾਂ ਜਿਹੜੀ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਬਿਜਲੀ ਵਾਲੀ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਜੇ ਉਹ ਬਿਜਲੀ ਮੁਫ਼ਤ ਲੈ ਰਹੇ ਨੇ ਤਾਂ ਘਰਾਂ ਦੇ ਵਿੱਚ ਜਿਹੜਾ ਹੈਗਾ ਉਸ ਤੋਂ 3 ਯੂਨਿਟ ਬਿੱਲ ਵੀ ਅਦਾ ਕਰ ਰਹੇ ਨੇ ਜੇ ਉੱਧਰਲੇ ਪਾਸੇ ਪੈਸਾ ਜਾਇਆ ਜਾਂਦਾ ਤਾਂ ਇਹ ਘੱਟ ਹੁੰਦਾ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਜਿਹੜੇ ਨੇ ਸਾਡੇ ਹੋਰਨਾਂ ਸੂਬਿਆਂ ਨਾਲੋਂ ਕਈ ਗੁਣਾ ਵੱਧ ਦਿੱਤੇ ਜਾ ਰਹੇ ਨੇ ਸਾਨੂੰ ਚਾਹੀਦਾ ਹੈ ਕਿ ਉਸ ਤਰ੍ਹਾਂ ਦੀ ਟੈਕਨੀਕ ਡਿਵੈਲਪ ਕੀਤੀ ਜਾਵੇ ਜਿਹਦੇ ਨਾਲ ਜਿਸ ਵੇਲੇ ਪ੍ਰਿੰਸ ਡਿੱਗਿਆ ਸੀ ਉਸ ਵੇਲੇ ਵੀ ਬਹੁਤ ਰੌਲਾ ਪਿਆ ਸੀ ਕਿ ਅੱਗੇ ਵਾਸਤੇ ਅਸੀਂ ਕੋਈ ਇਸ ਤਰ੍ਹਾਂ ਦੀ ਟੈਕਨੀਕ ਡਿਵੈਲਪ ਕਰਾਂਗੇ ਇੱਕ ਟਵਾਣਾ ਸਾਹਿਬ ਡਿਵੈਲਪ ਕਰਾਂਗੇ ਪਰ 9 ਤੋਂ ਲੈ ਕੇ 19 10 ਸਾਲ ਹੋ ਗਏ ਇੱਕ ਤਾਂ ਹੱਕੇ ਦੇ ਵਿੱਚ ਵੀ ਅਸੀਂ ਕੋਈ ਟੈਕਨੀਕ ਡਿਵੈਲਪ ਨਹੀਂ ਕੀਤੀ ਹੁਣ ਹੁਣ ਹੋ ਗਈ ਹੈ ਦੇਖੋ ਕੱਲ੍ਹ ਸੁਨਾਮ ਬੰਦ ਸੀਗਾ ਢਿੱਲੋਂ ਸਾਹਿਬ ਅੱਜ ਸੰਗਰੂਰ ਪੂਰਾ ਬੁੱਧਵਾਰ ਨੂੰ ਬੰਦ ਹੈ ਜੋ ਸਿਆਸੀ ਸੂਹਾਂ ਬੂਹਾਂ ਨੇ ਕਿ ਜਿਹੜਾ ਸਿਆਸੀ ਲਾਣਾ ਉਹਦੀ ਇਹ ਚਾਲ ਹੈ ਕਿਉਂਕਿ ਕੈਪਟਨ ਕਾਂਗਰਸ ਦੇ ਵਿੱਚ ਸਰਕਾਰ 'ਚ 3 ਧੜੇ ਬਣੇ ਹੋਏ ਨੇ ਇੱਕ ਬ੍ਰਹਮ ਦਾ ਇੱਕ ਕੈਪਟਨ ਦਾ ਇੱਕ ਸਿੱਧੂ ਦਾ ਉੱਥੇ ਵੀ ਪੂਰੀ ਤਿਕੜਮਬਾਜ਼ੀ ਚੱਲ ਰਹੀ ਹੈ ਉਹ ਧੜਾ ਕਿਤੇ ਨਾ ਕਿਤੇ ਇਸ ਫਤਿਹ ਦੇ ਬਹਾਨੇ ਆਪਣਾ ਮਿਸ਼ਨ ਫਤਿਹ ਕਰਕੇ ਕਪਤਾਨ ਨੂੰ ਕੁਰਸੀਓਂ ਲਾਉਣਾ ਚਾਹੁੰਦਾ ਆਪੋਜੀਸ਼ਨ ਪਾਰਟੀਆਂ ਲਾਹਾ ਲੈ ਰਹੀਆਂ ਨੇ ਸੁਨਾਮ ਦਾ MLA ਦੁਆਰੇ ਤਾਂ ਦੱਸਿਆ ਜਾਂਦਾ ਉਹਨਾਂ ਦੇ ਕੋਈ ਪਰਿਵਾਰਕ ਪ੍ਰੋਬਲਮ ਹੈ ਉਹ ਇੰਗਲੈਂਡ ਹੈ ਉਹ ਸਾਇਲੈਂਟ ਆ ਪੋਸਟ ਪਾ ਕੇ ਉਹ ਨਹੀਂ ਆਇਆ ਭਗਵੰਤ ਮਾਨ ਇੱਕ ਦਿਨ ਆਇਆ ਕਹਿਣ ਨੂੰ ਲੋਕ ਕਹਿੰਦੇ ਨੇ ਆਪਣੀ ਵਾਈਫ ਨੂੰ ਲੈਣ ਗਿਆ ਅਤੇ ਉਹ ਵੀ ਸ਼ਾਇਦ ਉੱਥੇ ਨਹੀਂ ਗਿਆ ਉਹ ਵੀ ਇੱਥੇ ਹੀ ਦੱਸਿਆ ਜਾਂਦਾ ਪਰ ਉਹ ਵੀ ਸੋਸ਼ਲ ਸਾਈਟਸ 'ਤੇ ਸਰਗਰਮ ਨਹੀਂ ਹੈ ਪਰ ਇਸ ਦੌਰਾਨ ਜਿਹੜਾ ਹੈਗਾ ਕੈਪਟਨ ਨੇ ਜੋ ਕਮੈਂਟ ਪਾਇਆ ਅਫਸੋਸ ਦਾ ਪ੍ਰਗਟਾਵਾ ਕੀਤਾ ਲੋਕਾਂ ਨੇ ਗਾਲਾਂ ਕੱਢ ਕੱਢ ਕੇ ਹੜ੍ਹ ਲਿਆ ਦਿੱਤਾ
ਸੋ ਕੈਪਟਨ ਦੇ ਇਸ ਵਰਤਾਰੇ ਤੋਂ ਸ਼ਾਇਦ ਭਗਵੰਤ ਹੁਣ ਵੀ ਸਬਕ ਸਿੱਖੇ ਕਿ ਆਪਾਂ ਜੇ ਟਵੀਟ ਪਾਵਾਂਗੇ ਕੁਛ ਲਿਖਾਂਗੇ ਲੋਕਾਂ ਨੇ ਮਗਰ ਪੈ ਜਾਣਾ। ਸੋ ਇਸ ਦੌਰਾਨ ਪਰ ਸਿਆਸਤ ਦੇ ਵਿੱਚ ਇਹ ਜਿਹੜੇ ਸਿਆਰੇ ਸਿਆਸਤ ਸੁਲਗ ਰਹੀ ਹੈ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਰੋਸ ਫਤਿਹਵੀਰ ਦੀ ਬਿਨਾਹ 'ਤੇ ਪ੍ਰਗਟ ਕੀਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਕਿ ਸਿਆਸੀ ਤੌਰ 'ਤੇ ਇਸ ਲਾਸ਼ ਨੂੰ ਇਸ ਕਤਲ ਨੂੰ ਜਿਹੜਾ ਹੈਗਾ ਜ਼ਰੀਆ ਬਣਾ ਕੇ ਕਈ ਲੋਕ ਆਪਣੀ ਜੁਗਾੜਬਾਜ਼ੀ 'ਚ ਲੱਗੇ ਨੇ? ਬਿਲਕੁਲ ਤੁਸੀਂ ਸਹੀ ਗੱਲ ਕਹਿੰਦੇ ਹੋ ਕਿ ਸਾਡੇ ਤਾਂ ਹਿੰਦੁਸਤਾਨ ਦੇ ਵਿੱਚ ਕਮੀ ਇਹ ਹੈ ਲਾਸ਼ਾਂ ਦੇ ਉੱਤੇ ਸਿਆਸਤਾਂ ਹੁੰਦੀਆਂ ਨੇਗੀਆਂ। ਜੇ ਪੁਲਵਾਮਾ ਹੋਇਆ ਸੀ ਤਾਂ ਉਸ ਵੇਲੇ ਵੀ ਲੋਕਾਂ ਨੇ ਕਿਹਾ ਸੀ ਕਿ ਹੁਕਮਰਾਨ ਧਿਰ ਨੇ ਲਾਸ਼ਾਂ ਦੇ ਉੱਤੇ ਸਿਆਸਤ ਕੀਤੀ ਹੈ। ਇੱਥੇ ਵੀ ਅਫਸੋਸ, ਉਸ ਘਰ ਨਾਲ ਜਾ ਕੇ ਦੇਖੋ ਜਿਨ੍ਹਾਂ ਦੇ ਘਰੇ ਉਹ 7 ਸਾਲ ਬਾਅਦ ਚਿਰਾਗ ਹੋਇਆ ਸੀ, 7 ਸਾਲ ਤੋਂ ਬਾਅਦ ਅੱਜ ਉਹ ਬੱਚਾ 2 ਸਾਲ ਤੋਂ ਬਾਅਦ ਨਹੀਂ ਰਿਹਾ। ਉਸ ਦਾ ਜਨਮ ਦਿਨ ਵੀ 10 ਜੂਨ ਦਾ ਸੀ, ਉਹ ਜਨਮ ਦਿਨ ਵੀ ਪਰਿਵਾਰ ਨਹੀਂ ਮਨਾ ਸਕਿਆ। ਹਾਲਾਂਕਿ ਉਹਨਾਂ ਨੇ ਸ਼ਾਇਦ 1 ਮਹੀਨੇ ਜਾਂ 2 ਮਹੀਨੇ ਪਹਿਲਾਂ ਤਿਆਰੀ ਕੀਤੀ ਹੋਣੀ ਹੈ ਕਿ ਫਤਿਹਵੀਰ ਦਾ 10 ਜੂਨ ਨੂੰ ਜਨਮ ਦਿਨ ਆਉਣਾ ਹੈ, ਰਿਸ਼ਤੇਦਾਰੀਆਂ ਨੂੰ ਸੁਨੇਹੇ ਭੇਜੇ ਹੋਣਗੇ। ਉਹ ਰਿਸ਼ਤੇਦਾਰ ਜਿਹੜੇ ਅੱਜ ਅਫਸੋਸ ਕਰਨ ਆ ਰਹੇ ਨੇ, ਹੋ ਸਕਦਾ ਉਹ ਧੂਮ ਧੜੱਕੇ ਦੇ ਨਾਲ ਉੱਥੇ ਆਉਂਦੇ। ਮੈਂ ਇਹ ਕਹਿੰਦਾ ਕਿ ਮੈਂ ਕੱਲ੍ਹ ਦਾ ਦੇਖ ਦੇਖ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਦਾ ਮਤਲਬ ਸਾਡਾ ਇੰਨਾ ਕਿਰਦਾਰ ਗਿਰ ਗਿਆ ਹੈਗਾ ਕਿ ਅਸੀਂ ਇਸ ਨੂੰ ਲੈ ਕੇ ਇਹ ਕੈਪਟਨ ਦੀ ਨਾ ਫੇਲੋਰ ਹੈ। ਰੱਬ ਨਾ ਕੀਤਾ ਜੇ ਕੈਪਟਨ ਦੀ ਸਰਕਾਰ ਨਾ ਹੁੰਦੀ ਤਾਂ ਤੁਸੀਂ ਹੁੰਦੇ ਤਾਂ ਤੁਸੀਂ ਕਿਹੜੀ ਗਿੱਦੜ ਸਿੰਘੀ ਦੇ ਨਾਲ ਕੱਢ ਕੇ ਲੈ ਕੇ ਆਉਂਦੇ? ਹੁਣ ਅਕਾਲੀ ਕਹਿੰਦੇ ਨੇ ਫੇਲ ਹੈ। ਦੇਖੋ ਜਦੋਂ SGPC ਅਕਾਲੀਆਂ ਦੇ ਅਧੀਨ ਹੈ, ਹਾਂਜੀ, ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਬਟਾਲੇ 'ਚ ਮਨਾਇਆ, ਉੱਥੇ ਇੱਕ ਮਾਂ ਆਪਣੇ ਬੇਟੇ ਨੂੰ ਲੈ ਕੇ ਪਹੁੰਚੀ, ਗੁਰਨੂਰ ਸਿੰਘ ਸਿੱਖ ਬੱਚਾ ਸੀ 5 ਸਾਲ ਦਾ। ਉਹ ਬਾਬੇ ਨਾਨਕ ਦਾ ਵਿਆਹ ਪੁਰਬ ਜਿਹੜੀ ਬਰਾਤ ਹੈ ਉਹ ਜਾ ਰਹੀ ਸੀ, ਉਹਦਾ ਨਗਰ ਕੀਰਤਨ ਉਹ ਵੇਖਣ ਦੇ ਵਿੱਚ ਮਾਂ ਮਸ਼ਰੂਫ ਸੀ। ਬੱਚਾ ਕਹਿੰਦਾ ਮੈਨੂੰ ਹਾਜਤ ਹੋਈ ਹੈ ਮਾਂ, ਮੈਂ ਪਿਸ਼ਾਬ ਕਰਨਾ। ਮਾਂ ਕਹਿੰਦੀ ਉੱਥੇ ਜਾ ਕੇ ਕਰਿਆ, ਉਹ ਬੱਚਾ ਪਿਸ਼ਾਬ ਕਰਨ ਗਿਆ, ਉਹ ਗਟਰ 'ਚ ਡਿੱਗ ਕੇ 5 ਸਾਲ ਦਾ ਮਾਸੂਮ ਬੱਚਾ ਮਾਰਿਆ ਗਿਆ। ਲੱਭਦੇ ਫਿਰਨ ਕਿਤੇ ਨਾ ਮਿਲੇ, ਆਖਰ ਉਹਦੀਆਂ ਚੱਪਲਾਂ ਗਟਰ ਦੇ ਬਾਹਰੋਂ ਮਿਲੀਆਂ। ਉਹ ਬੱਚਾ ਉਸ ਗੰਦੇ ਗਟਰ 'ਚ ਡੁੱਬ ਕੇ ਮਰ ਗਿਆ। ਕੀ ਉਸ ਦੌਰਾਨ ਉਹ ਲੋਕ ਜਿਹੜੇ ਚੌਪਰ ਦੇ ਰਾਹੀਂ ਬਾਬੇ ਨਾਨਕ ਦੀ ਬਰਾਤ 'ਤੇ ਫੁੱਲ ਸੁੱਟਦੇ ਸੀ, ਕੀ ਉਹਨਾਂ ਕੋਲ 150 ਰੁਪਈਆ ਨਹੀਂ ਸੀ ਗਟਰ ਦਾ ਢੱਕਣ ਲਾਉਣ ਨੂੰ? ਕੀ ਅਕਾਲੀ ਜਿਨ੍ਹਾਂ ਦੇ ਅਧੀਨ SGPC ਹੈ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ? ਕੀ ਸਰਕਾਰਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ? ਇੱਕ ਬੱਚਾ ਗੁਰੂ ਦਾ ਵਾਰਸ ਗੁਰਨੂਰ ਇਸ ਤਰ੍ਹਾਂ ਗਟਰ ਦੇ ਵਿੱਚ ਡਿੱਗ ਕੇ ਮਰਦਾ? ਨਹੀਂ, ਤੁਹਾਡੀ ਗੱਲ ਧਿਰ ਕਿਹੜੀ ਹੈ? ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਜੇ ਮੈਂ ਉਹੀ ਗੱਲ ਕਰਦਾ ਕਿ ਜਿਹੜੇ ਅੱਜ ਇਹ ਵੱਡੇ ਪੱਧਰ ਦੇ ਉੱਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਪਾ ਰਹੇ ਨੇ, ਸ਼੍ਰੋਮਣੀ ਕਮੇਟੀ ਉਹਨਾਂ ਕੋਲ ਹੈ। ਜੋ ਤੁਸੀਂ ਕਹਿੰਦੇ ਹੋ ਵੀ ਸ਼੍ਰੋਮਣੀ ਕਮੇਟੀ ਉੱਥੇ 150 ਦਾ ਢੱਕਣ ਨਹੀਂ ਲਾ ਸਕੀ, ਪਰ ਉਹ 91 ਲੱਖ ਦੇ ਇਸ਼ਤਿਹਾਰ ਉਹ ਸੌਦਾ ਸਾਹਿਬ ਦੇ ਲਈ ਹੁਕਮਨਾਮਾ ਸਹੀ ਮੰਨਣ ਵਾਸਤੇ ਜਾਰੀ ਕੀਤੇ ਜਾ ਚੁੱਕੇ ਨੇ। ਹੁਣ ਜਦੋਂ ਇਹ ਇੱਕ ਦੂਜੇ ਨਾਲ ਪਾਟੇ ਹੋਏ ਨੇ, ਇੱਕ ਦੂਜੇ ਦੇ ਪੋਤੜੇ ਫਰੋਲ ਰਹੇ ਨੇ, ਮੈਂ ਕਹਿੰਦਾ ਸਰਕਾਰਾਂ ਤਾਂ ਇੱਥੇ ਬਦਲਦੀਆਂ ਰਹਿੰਦੀਆਂ ਨੇ, ਸ਼੍ਰੋਮਣੀ ਕਮੇਟੀ ਤਾਂ ਲੰਬੇ ਸਮੇਂ ਤੋਂ ਇਹਨਾਂ ਦੇ ਕੋਲ ਹੈ। ਸ਼੍ਰੋਮਣੀ ਕਮੇਟੀ ਹੀ ਕੋਈ ਇਹੋ ਜਿਹੀ ਟੈਕਨੀਕ ਡਿਵੈਲਪ ਕਰ ਲਵੇ ਜੇ ਜਿਸ ਦੇ ਨਾਲ ਜੇ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ, ਜੇ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ ਟਵਾਣਾ ਸਾਹਿਬ, ਤਾਂ ਉਸ ਆਫਤ ਦੇ ਨਾਲ ਨਿਪਟਿਆ ਜਾ ਸਕੇ। ਉਹ ਇੱਕ ਪਾਰਟੀ ਦੀ ਸਿਰਫ ਪਿਛਲੱਗ ਬਣ ਕੇ ਬਣੀ ਹੋਈ ਹੈ, ਹੋਰ ਕੁਝ ਨਹੀਂ ਹੈਗਾ। ਉਹਨਾਂ ਨੇ ਬਿਲਕੁਲ ਵੀ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਹੁਣ ਚੋਣਾਂ ਹੋਈਆਂ ਲੋਕ ਸਭਾ ਦੀਆਂ, ਤਾਂ ਭਾਵੇਂ ਉਹ ਦਿੱਲੀ ਵਾਲੀ ਕਮੇਟੀ ਸੀ ਭਾਵੇਂ ਸਥਾਨਕ ਕਮੇਟੀ ਸੀ, ਇਹਨਾਂ ਦੇ ਜਿਹੜੇ ਨੁਮਾਇੰਦੇ ਸੀ ਉਹ ਤਾਂ ਇੱਕ ਪਰਿਵਾਰ ਦੇ ਲਈ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸਨ, ਉਹਨਾਂ ਦੇ ਬੰਦੇ ਪੈਸੇ ਦਿੰਦੇ ਪਕੜੇ ਗਏ। ਬਿਲਕੁਲ, ਉਹ ਤਾਂ ਹੋਇਆ ਢੱਲੋਂ ਸਾਹਿਬ, ਚਲੋ ਮੰਨਿਆ ਕੈਪਟਨ ਵਾਦੀਆਂ 'ਚ ਸੀ, ਮਸ਼ੋਬਰਾ ਸੀ, ਪਤਾ ਨਹੀਂ ਕਿਹੜੇ ਬੋਰ 'ਚੋਂ ਡਿੱਗਿਆ ਹੋਇਆ, ਸਭ ਜਾਣਦੇ ਆ। ਪਰ ਇਸ ਦੌਰਾਨ ਭਗਵੰਤ ਮਾਨ ਤਾਂ ਪਰਿਵਾਰ ਨੂੰ ਛੱਡ ਗਿਆ ਪੰਜਾਬ ਲਈ, ਕਹਿੰਦਾ ਅਦਾਲਤ 'ਚ ਫੈਸਲਾ ਕੱਲ੍ਹ ਹੋ ਗਿਆ, ਇੱਕ ਪਾਸੇ ਪਰਿਵਾਰ ਇੱਕ ਪਾਸੇ ਪੰਜਾਬ, ਮੈਂ ਪੰਜਾਬ ਵੱਲ ਹੋ ਗਿਆ। ਪਰ ਹੁਣ ਤਾਂ ਉਹਦੀ ਹਲਕੇ ਦਾ ਇੱਕ ਬੱਚਾ ਮਾਸੂਮ ਡਿੱਗ ਰਿਹਾ, ਉਹ ਆਪਣੇ ਤੌਰ 'ਤੇ ਜੇ ਕੈਪਟਨ ਸਰਕਾਰ ਕੁਛ ਨਹੀਂ ਸੀ ਕਰਦੀ, ਆਪਣੇ ਤੌਰ 'ਤੇ ਫੌਜ ਨੂੰ ਸੱਦਦਾ, ਆਪਣੇ ਤੌਰ 'ਤੇ ਦੇਖ ਰੇਖ ਕਰਦਾ ਉਸ ਇਲਾਕੇ ਦੀ, ਪਰ ਉਹ ਵੀ ਸਾਇਲੈਂਟ ਹੈ। ਇਸ ਦੌਰਾਨ ਢਿੱਲੋਂ ਸਾਹਿਬ ਜੇ ਦੇਖਿਆ ਜਾਵੇ ਜਿਹੜੀ ਸਾਡੀ ਮਾਨਸਿਕਤਾ, ਕਿਉਂਕਿ ਮੈਂ ਵਿਰਸੇ ਦਾ ਵਿਦਿਆਰਥੀ ਹਾਂ, ਵਿਰਸੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ, ਜਿਹੜੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਪਰਿਵਾਰ 'ਚ ਮਸਾਂ ਜਿਹੜੇ ਹੁੰਦੇ ਨੇ ਉਹਨਾਂ 'ਚੋਂ, ਖਾਸ ਕਰਕੇ ਮੁੰਡੇ, ਜਿਸ ਤਰ੍ਹਾਂ ਬੱਚੇ ਦੀ ਵੀਡੀਓ ਵੇਖੋ ਤੁਸੀਂ, ਉਹ ਕਾਰ ਨੂੰ ਕਦੇ ਸਪੈਨਰ ਚੱਕੀ ਫਿਰਦਾ, ਕਦੇ ਉਹ ਕੁੰਡੀ ਦੇ ਨਾਲ ਉਹ 'ਚ ਹਵਾ ਭਰਦਾ, ਮਤਲਬ ਇਸ ਤਰ੍ਹਾਂ ਜਿਹੜਾ ਬੱਚਾ ਮਸਾਂ ਹੋਇਆ ਹੁੰਦਾ ਉਹਨੂੰ ਮਾਪੇ ਵੀ ਬਹੁਤ ਮਨਮੋਹਣਾ ਅਤੇ ਬੇਲੋੜਾ ਲਾਡਲਾ ਬਣਾ ਕੇ ਰੱਖਦੇ ਨੇ। ਉਸ ਦੌਰਾਨ ਉਸ ਬੱਚੇ ਨੂੰ ਉਹ ਕਾਰ ਧੋਂਦੇ ਸੀ, ਉੱਥੇ ਹਰ ਕੰਮ 'ਚ ਉਹਨੂੰ ਮੂਹਰੇ ਰੱਖਣਾ। ਤੁਸੀਂ ਇਹ ਜਿਹੜਾ ਕਾਰਨ ਹੈ ਕਿ ਇਸ ਤਰ੍ਹਾਂ ਦੇ ਬੱਚੇ ਅਸੀਂ ਜ਼ਿਆਦਾ ਆਪਣਾਤਵ ਵਿਖਾਉਂਦੇ, ਕਿਤੇ ਨਾ ਕਿਤੇ ਉਹਨਾਂ ਬੱਚਿਆਂ ਨੂੰ ਲੋੜ ਤੋਂ ਜ਼ਿਆਦਾ ਬੂਸਟ ਕਰਦੇ ਹਾਂ, ਇਸ ਕਰਕੇ ਹਰ ਚੀਜ਼ ਦੇ ਵਿੱਚ ਉਸ ਬੱਚੇ ਨੂੰ ਅੱਗੇ ਲਿਆਉਣਾ। ਇਸੇ ਦੌਰਾਨ ਤੁਸੀਂ ਲਾਪਰਵਾਹੀਆਂ ਵੇਖੋ, ਅੱਜ ਦੀ ਘਟਨਾ ਬਠਿੰਡੇ ਦੇ ਸੰਗਤ ਮੰਡੀ ਦੀ ਹੈ, ਤੁਹਾਡੇ ਪਿੰਡਾਂ ਦੀ ਹੈ। ਸੰਗਤ ਮੰਡੀ 'ਚ ਇੱਕ ਬੱਸ ਡਰਾਈਵਰ ਨੇ ਆਪਣੀ 1 ਸਾਲ ਦੀ ਕੁੜੀ ਖੁਦ ਦਰੜਤੀ। ਉਹ ਬੱਸ ਡਰਾਈਵਰ ਜਿਹੜਾ ਸੀਗਾ ਉਹ ਰਵਿੰਦਰ ਸਿੰਘ, ਉਹ ਬੱਸ ਕੱਢਣ ਲੱਗਿਆ ਘਰ 'ਚੋਂ,
ਤੇ ਉਹਦੀ ਜਿਹੜੀ ਬੇਟੀ ਸੀ ਉਹਦੀ ਮਾਂ ਕੋਲ ਸੀ ਮਨਜੀਤ ਕੌਰ ਕੋਲ ਤੇ ਜਿਹੜੀ ਪਤਨੀ ਸੀਗੀ ਮਨਪ੍ਰੀਤ ਉਹਨੇ ਐਫ ਆਈ ਆਰ ਦਰਜ ਕਰਾਤੀ ਸੱਸ ਅਤੇ ਪਤੀ ਦੇ ਖਿਲਾਫ ਕਿ ਇਹਨਾਂ ਨੇ ਗਲਤੀ ਦੇ ਨਾਲ ਲਾਪਰਵਾਹੀ ਕਰਦਿਆਂ ਮੇਰੀ ਕੁੜੀ ਨੂੰ ਦਰੜ ਦਿੱਤਾ ਹੋਇਆ ਕਿ ਉਹ ਇੱਕ ਸਾਲ ਦੀ ਬੱਚੀ ਬੱਸ ਦੇ ਅੱਗੇ ਤੁਰਦੀ ਫਿਰਦੀ ਆ ਗਈ ਪਾਪਾ ਦੇ ਪਿੱਛੇ ਅਤੇ ਪਿਓ ਨੇ ਗੇਅਰ ਪਾਇਆ ਅਤੇ ਉਹਦੇ ਥੱਲੇ ਦਰੜ ਕੇ ਮਾਰ ਦਿੱਤੀ ਹੁਣ ਇਸ ਤਰ੍ਹਾਂ ਦੀ ਜਿਹੜੀ ਹੱਤਿਆ ਕਾਨੂੰਨ ਉਸ ਰਵਿੰਦਰ 'ਤੇ ਵੀ ਉਹੀ ਦਰਜ ਹੋਇਆ ਗ੍ਰਿਫਤਾਰ ਹੋ ਗਏ ਦੋਨੇ ਮਾਂ ਪੁੱਤ ਕੁੜੀ ਦੀ ਮਾਂ ਨੇ ਪਰਚਾ ਕਰਾ ਦਿੱਤਾ ਵਾਈਫ ਨੇ ਇਸ ਦੌਰਾਨ ਉਸੇ ਤਰ੍ਹਾਂ ਦਾ ਕੇਸ ਜਿਹੜਾ ਹੈਗਾ ਕਿਤੇ ਨਾ ਕਿਤੇ ਫਤਿਹਵੀਰ ਦੇ ਪਿਤਾ 'ਤੇ ਵੀ ਬਣਦਾ ਕਿਉਂਕਿ ਗੈਰ ਰਾਤਨ ਜਿਹੜੀ ਹੱਤਿਆ ਜੇ ਅਸੀਂ ਕਹਿੰਦੇ ਕੈਪਟਨ 'ਤੇ ਪਰਚਾ ਦਰਜ ਹੋਵੇ ਡੀ ਸੀ ਥੋਰੀ 'ਤੇ ਹੋਵੇ ਐੱਸ ਡੀ ਐੱਮ 'ਤੇ ਹੋਵੇ ਅਤੇ ਪਰਚਾ ਮਾਪਿਆਂ 'ਤੇ ਵੀ ਬਣਦਾ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਗੈਰ ਰਾਤਨ ਹੱਤਿਆ ਦਾ ਪਰਚਾ ਮਾਪਿਆਂ 'ਤੇ ਵੀ ਬਣਦਾ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਮੈਂ ਇਸ ਮਾਮਲੇ ਦੇ ਵਿੱਚ ਸਮਝਦਾ ਪਹਿਲਾਂ ਤਾਂ ਤੁਸੀਂ ਇਹ ਲਾਪਰਵਾਹੀ ਵਾਲੀ ਗੱਲ ਕੀਤੀ ਹੈ ਲਾਪਰਵਾਹੀ ਦੇ ਵਿੱਚ ਜਦੋਂ ਪ੍ਰਿੰਸ 2009 'ਚ ਡਿੱਗਿਆ ਇਹ ਇੱਕ 10 ਸਾਲ ਬੀਤ ਗਏ ਇੱਕ ਦਹਾਕਾ ਬੀਤ ਗਿਆ ਹੈਗਾ ਉਦੋਂ ਬਾਅਦ ਅਸੀਂ ਕੋਈ ਸਬਕ ਸਿੱਖਿਆ ਸਾਡੇ ਸ਼ਹਿਰ ਦੇ ਵਿੱਚ ਗਟਰ ਥਾਂ ਥਾਂ 'ਤੇ ਖੁੱਲ੍ਹੇ ਪਏ ਨੇ ਪਟਿਆਲਾ ਨਵੀਆਂ ਸੜਕਾਂ ਬਣ ਰਹੀਆਂ ਨੇ ਉਹਦੇ ਸਾਈਡ ਦੇ ਉੱਤੇ ਮੀਂਹ ਵਾਲੇ ਗਟਰ ਬਣਾਏ ਜਾ ਰਹੇ ਨੇ ਉਹ ਸਾਈਫਰਾਂ ਦੇ ਵਿੱਚ ਢੱਕਣ ਕਿਤੇ ਨਹੀਂ ਰੱਖਿਆ ਗਿਆ ਉਹ ਜਿਉਂ ਦਾ ਤਿਉਂ ਪਿਆ ਹੈਗਾ ਇਸੇ ਤਰ੍ਹਾਂ ਜਿਹੜੇ ਆ ਮੀਟਰ ਲੱਗੇ ਨੇ ਘਰਾਂ ਦੇ ਬਾਹਰ ਕੱਲ੍ਹ ਵਾਇਰਲ ਕੀਤੀਆਂ ਸੀ ਲੋਕਾਂ ਨੇ ਕਿ ਇਹ 3-3 ਫੁੱਟ 'ਤੇ ਲੱਗੇ ਹੋਏ ਨੇ ਅਤੇ ਕਿਤੇ ਵੀ ਉਸ ਦੇ ਵਿੱਚ ਉਹ ਬੰਦ ਨਹੀਂ ਹੈਗਾ ਖੁੱਲ੍ਹੇ ਪਏ ਨੇ ਕਿਤੇ ਹੱਥ ਲਾਏ ਜਾ ਸਕਦੇ ਨੇ ਤਾਰਾਂ ਥਾਂ ਥਾਂ 'ਤੇ ਨੰਗੀਆਂ ਪਈਆਂ ਨੇ ਆਪਾਂ ਦੇਖ ਸਕਦੇ ਹਾਂਗੇ ਉਸ ਪਾਸੇ ਵੱਲ ਕੋਈ ਨਹੀਂ ਜਾਗਿਆ ਜੇ ਇਹ ਲੋਕ ਸਭਾ ਤੋਂ ਪਹਿਲਾਂ ਹੋਇਆ ਹੁੰਦਾ ਤਾਂ ਹੁਣ ਤੱਕ ਇਹਦਾ ਕੋਈ ਨਾ ਕੋਈ ਅਸਰ ਪੈਂਦਾ ਪਰ ਅਜੇ ਵਿਧਾਨ ਸਭਾ ਦੂਰ ਪਈਆਂ ਨੇ ਇਹ ਜਿਹੜੇ ਲੰਗੂਟੇ ਕੱਸ ਕੇ ਕੈਪਟਨ ਸਰਕਾਰ ਨੂੰ ਡੇਗੂ ਨੂੰ ਮੈਂ ਕਹਿੰਦਾ ਸਰਕਾਰ ਦੀ ਬਹੁਤ ਵੱਡੀ ਨਲੇਕੀ ਹੈ ਪਰ ਜੇ ਤੁਸੀਂ ਉਹਨਾਂ ਦੀ ਥਾਂ ਦੇ ਉੱਤੇ ਹੋਵੋ ਤਾਂ ਤੁਸੀਂ ਕੀ ਕਰੋਗੇ ਤੁਹਾਡਾ ਕਿਹੜਾ ਕੋਈ ਵੱਡਾ ਲੀਡਰ ਉੱਥੇ ਗਿਆ ਹੈਗਾ ਤੁਸੀਂ ਉੱਥੇ ਵੱਡੀਆਂ ਵੱਡੀਆਂ ਪੋਸਟਾਂ ਪਾ ਰਹੇ ਹੋ ਮੈਂ ਕਹਿੰਦਾ ਉੱਥੇ ਜਾਣਾ ਵੀ ਨਹੀਂ ਚਾਹੀਦਾ ਉਸ ਜਗ੍ਹਾ ਦੇ ਉੱਤੇ ਪਰਿਵਾਰ ਨਾਲ ਅਫਸੋਸ ਬਾਅਦ ਦੇ ਵਿੱਚ ਕਰ ਲਓ ਉੱਥੇ ਸਿਰਫ ਤੇ ਸਿਰਫ ਜ਼ਿਲ੍ਹਾ ਪ੍ਰਸ਼ਾਸਨ ਟੈਕਨੀਕਲ ਚਾਹੀਦੀ ਸੀ ਨਾ ਉੱਥੇ ਬਕਾਇਦਾ ਪ੍ਰੋਫੈਸ਼ਨਲ ਮੈਨੇਜਮੈਂਟ ਵਾਲੇ ਬੰਦੇ ਲਾਉਂਦੇ ਨਾ ਕਿ ਐਸ ਗ੍ਰੀਨ ਟੈਕਨੀਕਲ ਮੈਂ ਕਹਿ ਰਿਹਾ ਵੀ ਟੈਕਨੀਕਲ ਵਾਲਿਆਂ ਨੂੰ ਕੀ ਪਤਾ ਕਿ ਠੀਕ ਹੈ ਉਹੀ ਗੱਲ ਮੈਂ ਕਹਿ ਰਿਹਾ ਵਾਰ ਵਾਰ ਵੀ ਟੈਕਨੀਕਲ ਟੀਮ ਦਾ ਹੋਣਾ ਪਾਇਆ ਜਾਣਾ ਸੀਗਾ ਨਾ ਕਿ ਦੂਜਾ ਉਹ ਕੱਢਿਆ ਤਾਂ ਫਿਰ ਵੀ ਜਗਾੜ ਨਾਲ ਗਿਆ ਇਹਦਾ ਮਤਲਬ ਜਿਹੜੀ ਸਾਡੀ ਟੈਕਨੀਕ ਹੈ ਟੈਕਨੀਕ ਸਾਡੇ ਕੋਲ ਨਹੀਂ ਹੈਗੀ ਟੈਕਨੀਕ ਜਦੋਂ ਤੱਕ ਅਸੀਂ ਨਹੀਂ ਅਪਣਾਵਾਂਗੇ ਉਦੋਂ ਤੱਕ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿਣਗੇ ਅੱਜ ਇੱਕ ਫਤਿਹਵੀਰ ਮਤਲਬ ਇਸ ਰਸਤੇ ਚਲਿਆ ਗਿਆ ਸਾਨੂੰ ਅਫਸੋਸ ਕਰਨਾ ਬਣਦਾ ਹੈਗਾ ਪਰ ਇਹ ਕਿੰਨੇ ਕੁ ਹੋਰ ਫਤਿਹਵੀਰ ਨੇ ਜਿਹੜੇ ਰਿਪੋਰਟ ਨਹੀਂ ਹੋਏ ਜਿਹੜੇ ਇਸ ਘਟਨਾਵਾਂ ਦੇ ਵਾਪਰੇ ਨੇ ਇੱਕ ਕੱਲ ਹੀ ਮੈਂ ਦੇਖ ਰਿਹਾ ਸੀ ਇੰਗਲੈਂਡ ਦੇ ਵਿੱਚ ਇੱਕ ਨਹਿਰ ਦੇ ਵਿੱਚ ਕੁੱਤਾ ਡਿੱਗਿਆ ਹੋਇਆ ਹੈਗਾ ਉਹਨਾਂ ਨੇ ਚੌਪਰ ਲਿਆ ਕੇ ਉਸ ਕੁੱਤੇ ਨੂੰ ਬਾਹਰ ਕੱਢ ਲਿਆ ਭਾਵ ਉੱਥੇ ਕਿੱਡੀ ਵੱਡੀ ਉਹ ਹੈ ਉਲਟ ਕੰਮ ਹੈ ਇੱਥੇ ਜੇ ਕੋਈ ਗਊ ਮਰ ਜੇ ਮੈਂ ਨਹੀਂ ਕਹਿੰਦਾ ਕਿ ਆਪਾਂ ਉਹਨਾਂ ਨੂੰ ਮਾਤਾ ਦਾ ਦਰਜਾ ਦਿੱਤਾ ਹੋਇਆ ਪਰ ਉਹ ਮਾਤਾ ਦੀ ਸੰਭਾਲ ਵੀ ਕਰੋ ਪਿਤਾ ਇੱਥੇ ਤੁਰੇ ਫਿਰਦੇ ਨੇ ਸੜਕਾਂ ਦੇ ਉੱਤੇ ਦੰਦ ਲਾਉਂਦੇ ਉਹਨਾਂ ਪਿਤਾ ਦੀ ਸੰਭਾਲ ਵੀ ਕਰੋ ਇਹਨਾਂ ਲਈ ਕੋਈ ਸਾਂਝਾ ਇਸ ਤਰ੍ਹਾਂ ਦਾ ਯਤਨ ਕਰੋ ਕਿ ਇਹ ਹਾਦਸਿਆਂ ਦਾ ਕਾਰਨ ਨਾ ਬਣ ਉਹਨਾਂ ਉਸ ਡੰਗਰ ਦੇ ਵਿੱਚ ਵੱਜ ਕੇ ਜੇ ਕੋਈ ਬੰਦਾ ਮਰ ਜਾਵੇ ਕੋਈ ਕਾਨੂੰਨ ਨਹੀਂ ਜੇ ਕਿਸੇ ਡੰਗਰ ਨੂੰ ਕੁਛ ਹੋ ਗਿਆ ਜਿਹਦਾ ਧਾਰਮਿਕਤਾ ਦੇ ਨਾਲ ਜੁੜਿਆ ਹੋਇਆ ਹੈਗਾ ਤਾਂ 10-10 ਦਿਨ ਅਸੀਂ ਧਰਤਿਆਂ ਤੇ ਬੰਦ ਕਰਕੇ ਬਹਿ ਜਾਾਂਗੇ ਗਊਵੰਸ਼ ਉਹਦੇ ਪ੍ਰੋਬਲਮ ਇਹ ਹੈ ਨਾ ਢਲੋਂ ਸਾਹਿਬ ਦੇਖੋ ਪਟਿਆਲਾ 'ਚ ਗਊਸ਼ਾਲਾ ਦੇ ਵਿੱਚ ਹੋਇਆ 25 ਗਾਵਾਂ ਮਰੀਆਂ ਰਾਜਪੁਰਾ 'ਚ ਮਰੀਆਂ ਕੁਛ ਨਹੀਂ ਹੋਇਆ 278 ਬੰਦੇ ਲਾਸਟ ਈਅਰ ਇਸ ਜਾਨਵਰਾਂ ਦੇ ਕਾਰਨ ਸੜਕ ਹਾਦਸੇ 238 ਉਸ ਤੋਂ ਪਹਿਲੇ ਸਾਲ ਸੀ ਸੋ ਇਹ ਜਿਹੜਾ ਵਰਤਾਰਾ ਕਿ ਜਿਸ ਤਰ੍ਹਾਂ ਹੁਣ ਡੀ ਸੀ ਘਣਸ਼ਿਆਮ ਥੋਰੀ ਨੇ ਸੰਗਰੂਰ ਦੇ ਥੋਰੀ ਜਿਹੜੀ ਕਮਿਊਨਿਟੀ ਹੈ ਸਾਡੀ ਵਿਰਾਸਤ ਦੱਸਦੀ ਹੈ ਕਿ ਥੋਰੀ ਜਿਹੜੇ ਨੇ ਇਹ ਊਠਾਂ ਦੇ ਕਾਰੋਬਾਰੀ ਸੀ ਟਰਾਂਸਪੋਰਟ ਦਾ ਕੰਮ ਉਹਨਾਂ ਕੋਲ ਹੁੰਦਾ ਸੀਗਾ ਆਵਾਜਾਈ ਦਾ ਰਾਜਸਥਾਨ ਪੰਜਾਬ ਦੇ ਵਿੱਚ ਇਹ ਕਮਿਊਨਿਟੀ ਰਹਿੰਦੀ ਸੀਗੀ ਥੋਰੀ ਦੇ ਬਾਰੇ ਇੱਕ ਜਿਹੜੀ ਖੌਤ ਮਿਲਦੀ ਹੈ ਕਿ ਸੁੱਖ ਨਾ ਸੁੱਤੇ ਥੋਰੀਓ ਜੰਮਿਓ ਭੈੜੇ ਮੰਗਲਵਾਰ ਕਿਉਂਕਿ ਬਹੁਤ ਮੁਸ਼ੱਕਤ ਵਾਲਾ ਪੇਸ਼ਾ ਹੁੰਦਾ ਸੀ ਥੋਰੀ ਦਾ ਰੇਗਿਸਤਾਨ 'ਚ ਜਾਣਾ ਊਠਾਂ 'ਤੇ ਆਪਣੇ ਸਵਾਰ ਨੂੰ ਬਿਠਾਉਣਾ ਅਤੇ ਦੂਸਰਾ ਜਿਹੜੇ ਥੋਰੀ ਸੀ ਇਹ ਸਟੋਰੀ ਟੈਲਰ ਸੀਗੇ ਮਤਲਬ ਉੱਠਦੇ ਬੈਠੇ ਜਾਂਦੇ ਆਪਣੇ ਜਿਹੜਾ ਉਹਨਾਂ ਦਾ ਸਵਾਰ ਹੁੰਦਾ ਸੀ ਸਵਾਰੀ ਹੁੰਦੀ ਸੀ ਆਪ ਅੱਗੇ ਮੁਹਾਰ ਫੜ ਕੇ ਤੁਰੀ ਜਾਂਦੇ ਉਹਨੂੰ ਕਹਾਣੀਆਂ ਸੁਣਾਉਂਦੇ ਸੀ ਸੀਨਾ ਬਸੀਨਾ ਇਹ ਥੋਰੀ ਕਹਾਣੀਆਂ ਸੁਣਾਉਂਦੇ ਸੀ ਇਹ ਸੁੱਖ ਦੀ ਨੀਂਦ ਨਹੀਂ ਸੀ ਸੌਂਦੇ ਹੁਣ ਇਕੱਲੇ ਘਣਸ਼ਿਆਮ ਥੋਰੀ ਨਹੀਂ ਜਿਨ੍ਹਾਂ 'ਤੇ ਇਹ ਗਾਜ ਡਿੱਗਣ ਦੀ ਸੰਭਾਵਨਾ ਹੈ ਕੈਪਟਨ ਸਾਹਿਬ ਲੱਗਦਾ ਕਿ ਜੇ ਪ੍ਰੈਸ਼ਰ ਬਣ ਰਿਹਾ ਗਾਜ ਹੋਰ ਅਫਸਰਾਂ 'ਤੇ ਵੀ ਡਿੱਗੇਗੀ ਪਰ ਸਿਰਫ ਘਣਸ਼ਿਆਮ ਥੋਰੀ ਨਹੀਂ ਸ਼ਾਇਦ ਸਾਰੇ ਭਾਰਤ ਹੀ ਆਪਣੇ ਆਪ 'ਚ ਥੋਰੀ ਨੇ ਜਿਹੜੇ ਜੰਮੇ ਭੈੜੇ ਮੰਗਲਵਾਰ ਨੇ ਮੈਂ ਮਿੱਥਾਂ 'ਚ ਵਿਸ਼ਵਾਸ ਤਾਂ ਨਹੀਂ ਰੱਖਦਾ ਪਰ ਜੋ ਸਾਡੀ ਮੱਤ ਹੈ ਜੋ ਅਸੀਂ ਇਹਨਾਂ ਮੰਦਭਾਗੇ ਹਾਦਸਿਆਂ ਤੋਂ ਸਬਕ ਨਹੀਂ ਲੈਂਦੇ ਅਸੀਂ ਇਸੇ ਤਰ੍ਹਾਂ ਮੌਜ ਦੀ ਨੀਂਦ ਨਹੀਂ ਬਲਕਿ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦੀਆਂ ਨੀਂਦਾਂ ਸੌਂਦੇ ਰਵਾਂਗੇ ਸੁੱਖ ਨਾ ਸੁੱਤਿਓ ਥੋਰੀਓ ਜੇ ਜੰਮਿਓ ਭੈੜੇ ਮੰਗਲਵਾਰ ਕਿਉਂਕਿ ਅਸੀਂ ਸਬਕ ਨਹੀਂ ਸਿੱਖਣਾ ਮੌਤ ਤੋਂ ਅਸੀਂ ਭੀੜਾਂ ਇਕੱਠੀਆਂ ਕਰ ਲਈਆਂ ਬਹੁਤ ਕੁਛ ਕਰ ਲਿਆ ਪਰ ਇਸ ਤਰ੍ਹਾਂ ਦੇ ਹਾਦਸੇ ਰੋਕੇ ਕਿੱਦਾਂ ਜਾਣ
ਕੈਂਡਲ ਮਾਰਚ ਹੋ ਰਹੇ ਨੇ, ਪਰ ਜ਼ਰੂਰਤ ਹੈ ਕਿ ਟੋਆਪੁਰ ਮਾਰਚ ਹੋਣ। ਇਸ ਚੀਜ਼ਾਂ ਢਿੱਲੋਂ ਸਾਹਿਬ ਨਹੀਂ ਹੋ ਰਹੀਆਂ। ਆਪਾਂ ਇੱਕ ਵਕਫਾ ਲੈਂਦੇ ਹਾਂ, ਵਕਫੇ ਤੋਂ ਬਾਅਦ ਫਿਰ ਜਸਵੰਤ ਸਿੰਘ ਗਿੱਲ ਹੋਰਾਂ ਨਾਲ ਗੱਲਬਾਤ ਕਰਾਂਗੇ, ਜਿਹੜੇ ਆਪਣੇ ਆਪ ਦੇ ਵਿੱਚ ਬਾਕਮਾਲ ਸ਼ਖਸੀਅਤ ਨੇ। ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕਾਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਵਾਣਾ ਵੱਲੋਂ ਸਵਾਗਤ, ਨਾਲ ਸਵਾਗਤ ਹੈ ਉੱਘੇ ਜਰਨਲਿਸਟ ਅਜੀਤ ਅਖਬਾਰ ਸਮੂਹ ਤੋਂ ਸਾਹਿਬ ਜਸਪਾਲ ਸਿੰਘ ਢਿੱਲੋਂ ਸਾਹਿਬ, ਆਪ ਜੀ ਦਾ ਵੀ ਸਵਾਗਤ। ਢਿੱਲੋਂ ਸਾਹਿਬ, ਤੁਸੀਂ ਬਖੂਬੀ ਜਾਣਦੇ ਹੋ ਕਿ ਇੰਜੀਨੀਅਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਨੇ ਰਾਣੀਗੰਜ ਦੇ ਵਿੱਚ ਕੋਲੇ ਦੀ ਖਾਣ ਦੇ ਵਿੱਚ ਫਸੇ 65 ਲੋਕਾਂ ਨੂੰ ਕੱਢਿਆ ਸੀਗਾ, ਜਿਨ੍ਹਾਂ 'ਤੇ ਇੱਕ ਬਾਕਮਾਲ ਫਿਲਮ ਵੀ ਬਣ ਜਾ ਰਹੀ ਹੈ। ਜਸਵੰਤ ਸਿੰਘ ਗਿੱਲ ਹੋਰਾਂ ਦੇ ਆਪਣੇ ਜਜ਼ਬਾਤ ਨੇ ਇਸ ਸਾਰੇ ਹਾਦਸੇ ਬਾਰੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲਓ ਦੋਸਤੋ, ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਸ਼ਾਮਿਲ ਕਰਨਾ ਹੈ ਅੰਮ੍ਰਿਤਸਰ ਤੋਂ ਸਾਹ ਜਸਵੰਤ ਸਿੰਘ ਗਿੱਲ, ਜਿਹੜੇ ਕਿ ਕੋਲ ਮਾਈਨਸ ਕੋਲੇ ਦੀਆਂ ਖਾਣਾਂ ਦੇ ਵਿੱਚ ਉੱਚ ਅਧਿਕਾਰੀ ਰਹੇ ਨੇ। ਜਦੋਂ ਉਹ GM ਸਨ ਕੋਲ ਮਾਈਨ ਦੇ, ਤਾਂ ਰਾਣੀਗੰਜ ਬੰਗਾਲ ਦੇ ਵਿੱਚ ਕਿਸੇ ਕਾਰਨ ਵੱਸ ਜਿਹੜੇ ਨੇ ਵੱਡੀ ਤਾਦਾਦ ਵਿੱਚ ਕਈ ਦਰਜਨ ਮਜ਼ਦੂਰ 350-350 ਫੁੱਟ ਹੇਠਾਂ ਧਰਤੀ ਦੇ ਵਿੱਚ ਫਸ ਗਏ ਸਨ। ਉਹਨਾਂ ਦੇ ਬਚਣ ਦੀ ਕੋਈ ਰਾਹ ਨਹੀਂ ਸੀ, ਤਾਂ ਉਸ ਵਕਤ ਜਨਰਲ ਮੈਨੇਜਰ ਦੇ ਤੌਰ 'ਤੇ ਕੰਮ ਕਰਦਿਆਂ ਆਪਣੇ ਜਿਹੜਾ ਮਾਤਹਿਤ ਸਟਾਫ ਸੀ ਉਹਦੇ ਵਾਸਤੇ ਜਾਨ ਜੋਖਮ ਦੇ ਵਿੱਚ ਪਾ ਕੇ ਇੱਕ ਵਿਸ਼ਵ ਪੱਧਰੀ ਆਲਮੀ ਪੱਧਰ 'ਤੇ ਇੱਕ ਵੱਡਾ ਅਹਿਦ ਕੀਤਾ ਸੀ ਸਰ ਜਸਵੰਤ ਸਿੰਘ ਗਿੱਲ ਇੰਜੀਨੀਅਰ ਨੇ, ਜਿਨ੍ਹਾਂ ਨੇ ਲੋਹੇ ਦਾ ਇੱਕ ਕੈਪਸੂਲ ਬੰਦੇ ਦੇ ਸਾਈਜ਼ ਦਾ ਬਣਾ ਕੇ ਧਰਤੀ ਦੇ ਹੇਠੋਂ 300 ਫੁੱਟ ਡੂੰਘਾਈ ਤੋਂ 65 ਦੇ ਕਰੀਬ ਜਾਨਾਂ ਬਚਾਈਆਂ ਸੀ। ਸੋ ਉਹ ਵਿਅਕਤੀ ਵੀ ਪੰਜਾਬ ਦੇ ਵਿੱਚ ਨੇ, ਅੰਮ੍ਰਿਤਸਰ 'ਚ ਨੇ, ਜਿਨ੍ਹਾਂ ਨੂੰ ਭਾਰਤ ਸਰਕਾਰ ਸਨਮਾਨਿਤ ਕਰ ਚੁੱਕੀ ਹੈ, ਪਰ ਪੰਜਾਬ ਦੀ ਸਰਕਾਰਾਂ ਨੇ ਨਾ ਕਦੇ ਉਹਨਾਂ ਦਾ ਸਨਮਾਨ ਅਤੇ ਨਾ ਹੀ ਉਹਨਾਂ ਨੂੰ ਬਣਦਾ ਸਥਾਨ ਇਹੋ ਜਿਹੇ ਕਾਰਜਾਂ ਦੇ ਵਿੱਚ ਦਿੱਤਾ, ਜਿਸ ਤਰ੍ਹਾਂ ਬੱਚਾ ਫਤਿਹਵੀਰ ਫਸਿਆ ਸੀ। ਇਹੋ ਜਿਹੇ ਮੌਕੇ ਇਸ ਤਰ੍ਹਾਂ ਦੇ ਬਾਕਮਾਲ ਇੰਜੀਨੀਅਰ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਹੋਵੇ, ਉਹਨਾਂ ਦੀ ਸਲਾਹ ਜਾਂ ਉਹਨਾਂ ਦੀ ਰਹਿਨਮਾਈ ਨਾ ਲੈਣਾ ਸਾਡੇ ਸਿਸਟਮ ਦੀ ਬਦਕਿਸਮਤੀ ਹੈ। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਇਹ ਜੋ ਕੁਛ ਵਾਪਰਿਆ ਇਸ ਮੁਤਲਕ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਬੱਚੇ ਨੂੰ ਬਚਾਇਆ ਜਾ ਸਕਦਾ ਸੀ ਉਸ ਦੇ ਲਈ ਜਦੋ ਜਹਿਦ ਦੇ ਵਿੱਚ ਕੋਈ ਕਮੀ ਰਹੀ ਹੈ ਜਾਂ ਪ੍ਰੋਫੈਸ਼ਨਲ ਲੋਕ ਇਹ ਨਹੀਂ ਸੀਗੇ? ਜੀ, ਦੋਨੋਂ ਚੀਜ਼ਾਂ ਨੇ ਜੀ, ਕਮੀ ਵੀ ਸੀਗੀ ਤੇ ਪਹਿਲੀ ਗੱਲ ਤੇ ਪ੍ਰੋਫੈਸ਼ਨਲ ਲੋਕ ਨਹੀਂ ਸੀਗੇ ਜੀ। ਪਹਿਲਾਂ ਤੇ ਸਾਈਡ ਦੀ ਐਵੇਂ ਫਾਲਤੂ ਮਿੱਟੀ ਪੁੱਟਦੇ ਰਹੇ, ਕਿੰਨੀ ਮਿੱਟੀ ਵੀ ਪੁੱਟਦੇ ਰਹੇ ਤੇ ਬਾਲਟੀਆਂ ਨੇ ਮਿੱਟੀ ਪੁੱਟ ਰਹੇ ਨੇ, ਹੈਂਡਲ ਕੀਤਾ ਜਾਂਦਾ ਤੇ ਹੋ ਸਕਦਾ ਸੀ ਕਿ ਬੱਚੇ ਦੀ ਜਾਨ ਬਚ ਜਾਂਦੀ। ਹਾਂਜੀ, ਅੱਜ ਕੱਲ ਤੇ ਦੇਖੋ ਜੀ, ਇੰਨੇ ਇੰਸਟਰੂਮੈਂਟ ਆ ਗਏ ਨੇ, ਇੰਨਾ ਕੁਛ ਆ ਗਿਆ ਵਾ ਕਿ ਮਤਲਬ ਕਿ ਦੂਜਾ ਹੋਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਪਹਿਲਾਂ ਜ਼ਮਾਨੇ ਚ ਹੁੰਦਾ ਸੀ ਕੈਕਟਸ ਗ੍ਰੈਬ, ਮਤਲਬ ਜਿੱਦਾਂ ਉਹ ਆਇਆ ਉਹ ਜਿਹੜਾ ਪੰਜਾ ਜਿਹਾ ਹੁੰਦਾ ਨਾ ਜੀ, ਉਹ ਪੰਜਾ ਆਇਆ, ਪੰਜਾ ਖੁੱਲਿਆ, ਜਿਹੜਾ ਸਮਾਨ ਲਾਉਣਾ ਪੰਜੇ ਦੇ ਵਿੱਚ ਲਿਆ ਉਹ ਪੰਜਾ ਬੰਦ ਹੋਇਆ ਉਹਨੂੰ ਖਿੱਚ ਲਾਉਂਦੇ ਸਮਾਨ 'ਚ। ਅੱਜ ਕੱਲ੍ਹ ਰੋਬੋਟ ਏਦਾਂ ਦੇ ਬਣੇ ਨੇ ਕਿ ਰੋਬੋਟ ਥੱਲੇ ਜਾਏਗਾ ਉਹ ਜਾ ਕੇ ਉਹ ਪੂਰੇ ਦਾ ਪੂਰਾ ਬੱਚਾ ਜਾਏਗਾ, ਕੋਈ ਵੀ ਜਿਹੜੀ ਚੀਜ਼ ਆ ਉਹਨੂੰ ਗ੍ਰੈਬ ਕਰ ਲਏਗਾ, ਉਹਨੂੰ ਚੁੱਕ ਕੇ ਲੈ ਜਾਏਗਾ। ਤੁਸੀਂ ਇਹ ਵੇਖਿਆ ਹੋਏਗਾ ਸਿੰਪਲ ਜਿਹਾ ਤਰੀਕਾ, ਲੋਕਾਂ ਦੇ ਮਤਲਬ ਕਿ ਕਿਡਨੀ ਦੇ ਵਿੱਚ ਸਟੋਨ ਹੁੰਦੇ ਆ, ਬੰਦ ਹੋ ਕੇ ਖਿੱਚ ਦਿੰਦੇ ਬਾਹਰ ਔਰ ਪੱਥਰ ਜਿਹੜਾ ਬਾਹਰ ਆ ਜਾਂਦਾ। ਉਹ ਅੱਜ ਕੱਲ ਤੇ ਸਾਇੰਸ ਇੰਨੀ ਤਰੱਕੀ ਕਰ ਚੁੱਕੀ ਆ ਕਿ ਮਤਲਬ ਕਿ ਆਦਮੀ ਸੋਚ ਨਹੀਂ ਸਕਦਾ। ਜਿਹੜਾ NDRF ਭਾਰਤ ਦਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦੇ ਕੰਮ ਕਰਦੀ ਸੰਸਥਾ, ਇਹਨਾਂ ਨੇ ਹਿਸਾਰ ਦੇ ਵਿੱਚ ਵੀ ਗਿੱਲ ਸਾਹਿਬ ਇਹੀ ਵਾਪਰੇ ਸੀ, ਉੱਥੇ ਵੀ ਨਦੀਮ ਨਾਂ ਦੇ ਬੱਚੇ ਨੂੰ ਇਸੇ ਤਰ੍ਹਾਂ ਜਿਸ ਬੋਰ 'ਚੋਂ ਡਿੱਗਿਆ ਸੀ ਉਸ ਬੋਰ ਦੇ ਪੈਰਲਰ ਬੋਰ ਕਰਕੇ ਹੀ ਕੱਢਿਆ ਸੀ, ਪਰ ਇੱਥੇ ਟੋਏ ਪੁੱਟੇ ਗਏ। ਡੇਰਾ ਸਿਰਸਾ ਨਾਲ ਸੰਬੰਧਿਤ ਜਿਹੜੀ ਰੈਸਕਿਊ ਟੀਮ ਹੈ ਉਹਨਾਂ ਦੀ ਡਿਜ਼ਾਸਟਰ ਮੈਨੇਜਮੈਂਟ ਵਾਲੀ ਗ੍ਰੀਨ ਵੈਲਫੇਅਰ ਉਹ ਕੰਮ ਲੱਗੇ ਰਹੇ ਬਾਲਟੀਆਂ ਰੱਸਿਆਂ ਦੇ ਨਾਲ, ਅਤੇ ਇਹਦੇ ਬਜਾਏ ਕੋਈ NDRF ਕੋਲ ਵੀ ਪੁਖਤਾ ਤਕਨੀਕ ਨਹੀਂ ਹੈ। ਚਲੋ ਐਸ ਗ੍ਰੀਨ ਵੈਲਫੇਅਰ ਤਾਂ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀ ਉਹ ਸੰਸਥਾ, ਉਹਨਾਂ ਦੇ ਕਾਰਜ ਹੋਰ ਨੇ, ਪਰ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਕੋਲ ਵੀ ਇਸ ਤਰ੍ਹਾਂ ਦੇ ਇਕੁਪਮੈਂਟ ਨਹੀਂ ਹੈ। ਐਕਚੁਅਲੀ ਇਕੁਪਮੈਂਟ ਦੀ ਗੱਲ ਨਹੀਂ ਕਿ ਜਿਹੜੀ NDRF ਦੇ ਵਿੱਚ ਬੰਦੇ ਹੈਗੇ ਆ, ਮੈਨੂੰ ਨੀ ਪਤਾ ਕਿ ਕਿੰਨੇ ਕੁ ਇੰਜੀਨੀਅਰ ਨੇ ਔਰ ਕਿੰਨੇ ਜਿਹੜੇ ਇੰਜੀਨੀਅਰ ਹੈ ਵੀ ਨੇ ਉਹ ਕਿਸ ਚੀਜ਼ ਦੇ ਇੰਜੀਨੀਅਰ ਨੇ ਜੀ।
ਹੁਣ ਜੇ ਇਲੈਕਟ੍ਰੋਨਿਕ ਇੰਜੀਨੀਅਰ ਹੋਏਗਾ ਤੇ ਉਹ ਹੋਰ ਹੋਏਗਾ, ਮਕੈਨੀਕਲ ਹੋਏਗਾ, ਡਿਫਰੈਂਟ ਕੰਮ ਆ, ਇਲੈਕਟ੍ਰੀਕਲ ਡਿਫਰੈਂਟ ਕੰਮ, ਹਰ ਇੰਜੀਨੀਅਰ ਦਾ ਆਪਣਾ ਆਪਣਾ ਕੰਮ ਆ। ਸੋ ਇੱਥੇ ਜਿਹੜਾ ਜਦੋਂ ਤੁਸੀਂ ਜ਼ਮੀਨ ਦੇ ਨਾਲ ਕਿਸਾਨ ਕੰਮ ਕਰਦੇ ਹੋ ਨਾ, ਤੇ ਤੁਸੀਂ ਜੀਓਲੋਜੀ ਤੇ ਜਾਂ ਮਾਈਨਿੰਗ ਦੇ ਵਿੱਚ ਆ ਜਾਂਦੇ ਹੋ ਜੀ। ਤੇ ਇਹ ਜਿਹੜੇ ਬੰਦੇ ਜੀਓਲੋਜੀ ਜਾਂ ਮਾਈਨਿੰਗ ਨਾਲ ਕੰਸਰਨ ਹੋਣਗੇ ਉਹ ਜ਼ਿਆਦਾ ਐਫੀਸ਼ੀਐਂਟ ਹੋਣਗੇ, ਜ਼ਿਆਦਾ ਮਤਲਬ ਕੰਮ ਕਰਨ ਵਾਸਤੇ ਤੁਹਾਨੂੰ ਪੈਦਾ ਹੋਏਗਾ ਜਿਸ ਤਰ੍ਹਾਂ ਦੇ ਅਦਰ ਇੰਜੀਨੀਅਰ। ਮਤਲਬ ਇੱਥੇ ਤਾਂ ਕੋਈ ਮੈਨੇਜਮੈਂਟ ਹੀ ਨਹੀਂ ਸੀ, ਕਦੇ ਡੇਰਾ ਸਿਰਸਾ ਵਾਲੇ ਬਾਲਟੀਆਂ ਚੱਗਣ ਲੱਗ ਕੇ, ਕਦੇ ਐਨਡੀਐਫ ਵਾਲੇ, ਕਦੇ ਆਮ ਲੋਕ ਹੈ, ਮਤਲਬ ਮਿਸਮੈਨੇਜਮੈਂਟ ਸੀ। ਜਿਸ ਤਰ੍ਹਾਂ 100 ਫੁੱਟ ਥੱਲੇ ਇਹ ਜਿਹੜਾ ਧਰਤੀ ਦੀ ਜਿਸ ਤਰ੍ਹਾਂ ਗਰਭ ਗਿਆਨ ਜਾਣਨ ਵਾਸਤੇ ਇੱਕ ਵੱਖਰੀ ਸਟੱਡੀ ਹੁੰਦੀ ਹੈ ਕਿ ਧਰਤੀ ਦੀ ਹੇਠਾਂ ਨੇਚਰ ਕਿੱਦਾਂ ਦੀ ਹੈ, ਉਹ ਮਿੱਟੀ ਵੀ ਸ਼ਾਇਦ ਕਿੱਦਾਂ ਖੁਰਦੀ ਹੈ, ਕਿੱਦਾਂ ਉਸਨੂੰ ਉਸ ਦੇ ਉੱਤੇ ਡਿੱਗਣੋਂ ਬਚਾਇਆ ਜਾ ਸਕਦਾ, ਉਸ ਪਾਸੇ ਕੋਈ ਪੁਖਤਾ ਇੰਜੀਨੀਅਰ, ਕਿਸੇ ਵਨ ਮੈਨ ਦਾ ਕੋਈ ਕਮਾਂਡ ਹੀ ਨਹੀਂ ਸੀ ਮੇਰਾ ਖਿਆਲ ਹੈ। ਸਾਰਾ ਕੁਛ ਆਪ ਮਹਾਰਾਸ਼ਟਰ ਜਿਵੇਂ ਆਮ ਪਿੰਡਾਂ ਵਾਲੇ ਲੋਕ ਲੱਗ ਜਾਂਦੇ ਨੇ ਕਿ ਪੱਟੀ ਜੋਖੂ। ਜਿੱਦਾਂ ਕੱਲ ਮੈਂ ਸੁਣਿਆ ਨਾ ਜੀ ਕਿ ਇਹ ਨਿਸ਼ਕਾਮ ਸੇਵਾ ਕਰ ਰਹੇ ਆ, ਮੈਨੂੰ ਬੜੀ ਸ਼ਰਮ ਆਈ ਕਿ ਅਸੀਂ ਏਡੇ ਵੱਡਾ ਕੰਟਰੀ ਆ ਸਾਡਾ, ਇਹਦੇ ਚ ਅਸੀਂ ਕੀ ਨਿਸ਼ਕਾਮ ਸੇਵਾ, ਅਸੀਂ ਗੁਰਦੁਆਰਾ ਬਣਾਉਣ ਡਏ ਆ, ਕੋਈ ਮੰਦਰ ਬਣਾਉਣ ਡਿਆ, ਕੋਈ ਮਸਜਿਦ ਬਣਾਉਣ ਡਏ ਆ, ਜਿਹੜਾ ਅਸਲੀ ਕੰਮ ਹੈ ਸਾਨੂੰ ਨਿਸ਼ਕਾਮ ਸੇਵਾ ਉਸ ਵੇਲੇ ਨਹੀਂ ਚਾਹੀਦੀ। ਸਾਨੂੰ ਉਹ ਕੰਮ ਚਾਹੀਦਾ ਜਿਹੜਾ ਬੜਾ ਐਫੀਸ਼ੀਐਂਟ ਹੋਵੇ, ਬੜਾ ਫਾਸਟ ਹੋਵੇ, ਔਰ ਇੱਕ ਜਾਨ ਜਿਹੜੀ ਆ ਉਹਦੇ ਵਾਸਤੇ ਇੱਕ ਇੱਕ ਸੈਕਿੰਡ ਕਾਊਂਟ ਕਰਦਾ। ਇਸ ਕਰਕੇ ਉਹ ਉਸ ਹਿਸਾਬ ਨਾਲ ਕੰਮ ਹੋਣਾ ਚਾਹੀਦਾ। ਜਿਸ ਬੰਦੇ ਨੂੰ ਪਤਾ ਹੀ ਨਹੀਂ, ਜਿਸ ਬੰਦੇ ਨੂੰ ਉਸ ਚੀਜ਼ ਚ ਰੁਚੀ ਨਹੀਂ, ਉਹ ਕੀ ਕਰ ਸਕਦਾ ਜੀ ਜੀ। ਸੋ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਇੱਕ ਗਰੁੱਪ ਬਣਾਉਣਾ ਚਾਹੀਦਾ, ਕਿਉਂਕਿ ਪੰਜਾਬ ਨੇ ਉੱਤਰੀ ਭਾਰਤ ਪੱਧਰ ਤੇ ਬੋਰਵੈਲ ਦੀਆਂ ਬਹੁਤ ਘਟਨਾਵਾਂ, ਪ੍ਰਿੰਸ ਤੋਂ ਲੈ ਕੇ ਫਤਿਹਵੀਰ ਤੱਕ ਬਹੁਤ ਘਟਨਾਵਾਂ ਵਾਪਰ ਚੁੱਕੀਆਂ ਨੇ, ਭਵਿੱਖ ਦੇ ਵਿੱਚ ਵੀ ਸੀਵਰਾਂ ਦੇ ਵਿੱਚ ਲੋਕ ਫਸਦੇ ਨੇ। ਇਹਦੇ ਵਾਸਤੇ ਮੇਰੇ ਖਿਆਲ ਹੈ ਜੇ ਕੋਈ 12-15 ਇੱਕ ਕਮਾਂਡੋ ਟੀਮ ਤਿਆਰ ਕਰ ਲਈ ਜਾਵੇ ਤਾਂ ਚੋਪਰ ਦੇ ਰਾਹੀਂ ਉਹ ਤੁਰਤ ਫੁਰਤੀ ਕਿਤੇ ਵੀ ਲਿਜਾਇਆ ਜਾ ਸਕਦਾ, ਪੂਰੇ ਉੱਤਰੀ ਭਾਰਤ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਇੱਕ ਕਮਾਂਡੋ ਟੀਮ ਵੀ ਜੇ ਵਧੀਆ ਪ੍ਰੋਫੈਸ਼ਨਲ ਦੀ ਹੋਵੇ ਤਾਂ ਮੇਰੇ ਖਿਆਲ ਇਸ ਤ੍ਰਾਸਦੀ ਨਾਲ ਲੜ ਨਹੀਂ ਸਕਦੀ। ਤੁਹਾਡੀ ਬਹੁਤ ਅੱਛੀ ਸੁਜੈਸ਼ਨ ਹੈ, ਬਹੁਤ ਹੀ ਵਧੀਆ, ਇਹ ਪ੍ਰੋਫੈਸ਼ਨਲ ਸੁਜੈਸ਼ਨ ਹੈ ਜੀ। ਔਰ ਵਾਕਿਆ ਜੇ ਇਹਦਾ ਟੀਮ ਹੋਵੇ ਤੇ ਚਲੋ ਭਾਰਤ ਸਾਰੇ ਵਾਸਤੇ ਤੇ ਇੰਨੀ ਦੂਰ ਲੈ ਕੇ ਜਾਣਾ ਮੁਸ਼ਕਿਲ ਹੋਏਗਾ, ਇਹਨੂੰ 6 ਹਿੱਸਿਆਂ ਚ ਵੀ ਵੰਡਤਾ ਜਾਵੇ ਤੇ ਉਹਦੇ ਵਿੱਚ ਹੀ ਅਗਰ 6 ਡਿਫਰੈਂਟ ਟੀਮਾਂ ਇਹੋ ਜਿਹੀਆਂ ਬਣਾਤੀਆਂ ਜਾਣ, ਕਿਤੇ ਵੀ ਇਹੋ ਜਿਹਾ ਪ੍ਰੋਬਲਮ ਆਵੇ ਤੇ ਉਹ ਉੱਥੇ ਵਿਦਨ ਮਤਲਬ ਕਿ ਮਿੰਟਸ ਪਹੁੰਚ ਸਕਦੇ ਨੇ ਜੀ। ਦੇਖੋ ਮੈਂ ਤਾਂ ਦੱਸਣਾ ਕਿ ਮੈਨੇਜ ਕੰਮ ਕੀਤਾ ਵਾ, ਰੈਸਕਿਊ ਵੈਨ ਜਿਹੜੀ ਹੁੰਦੀ ਨਾ ਉਹ ਫੁੱਲ ਕਿਰਤ ਖੜੀ ਹੁੰਦੀ ਆ, ਉਹ ਡੀਜ਼ਲ ਵੀ ਪੂਰਾ ਭਰਿਆ ਹੁੰਦਾ, ਡਰਾਈਵਰ ਉੱਤੇ ਬੈਠਾ ਹੁੰਦਾ, ਤੁਸੀਂ ਉਹਨੂੰ ਟੈਲੀਫੋਨ ਕਰੋ 45 ਸੈਕਿੰਡ ਦੇ ਵਿੱਚ ਜੀ, ਫੁੱਲ ਮੈਨ ਐਂਡ ਮਟੀਰੀਅਲ ਉਹ ਵੈਨ ਜਿਹੜੀ ਆ ਉਹ ਰੋਡ ਦੇ ਉੱਤੇ ਹੋਏਗੀ, ਔਰ ਵਾਇਰਲੈਸ ਤੁਹਾਨੂੰ ਪੁੱਛੇਗਾ ਮੈਂ ਜਾਣਾ ਕਿੱਥੇ ਆ। ਬਿਲਕੁਲ ਇਹ ਐਫੀਸ਼ੀਐਂਸੀ ਹੈ ਜੀ, ਬਿਲਕੁਲ ਜੀ ਜੀ। ਜਿਸ ਤਰ੍ਹਾਂ ਹੁਣ ਦਾਰੋ ਮਦਾਰ ਤੇ ਇੰਨਾ ਪੈਸਾ, ਇੰਨੀ ਐਨਰਜੀ, ਮਨੁੱਖੀ ਐਨਰਜੀ ਲਗਾਈ ਗਈ, ਉਸ ਨਾਲੋਂ ਬਿਹਤਰ ਸੀ ਕਿ ਕੋਈ ਇਸ ਤਰ੍ਹਾਂ ਦਾ ਰਿਬੋਟ ਸਿਸਟਮ ਐਕਸਪੋਰਟ ਵੀ ਕਰ ਲਿਆ ਜਾਂਦਾ ਬਾਹਰੋਂ ਜਾਂ ਬਣਾ ਲਿਆ ਜਾਂਦਾ, ਤੇ ਕੋਈ ਮਹਿੰਗਾ ਜਾਂ ਕੋਈ ਮੁਸ਼ਕਲ ਸੌਦਾ ਨਹੀਂ ਸੀਗਾ ਇੰਨਾ ਮਿੱਟੀ ਪੱਟਣ ਦੀ ਬਜਾਏ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇਹਦੇ ਮਤਲਬ ਕਿ ਫਾਲਤੂ ਮਤਲਬ ਕਿ ਦਿਖਾਉਣ ਵਾਸਤੇ, ਵੋਲੀਅਮ ਦਿਖਾਉਣ ਵਾਸਤੇ ਬਹੁਤ ਵਧੀਆ ਲੱਗਦਾ, ਬਾਕੀ ਬੰਦਾ ਬਚਾਉਣ ਵਾਸਤੇ ਕੁਛ ਨਹੀਂ ਜੀ। ਆਖਰ ਦੇ ਵਿੱਚ ਜਾਂਦੇ ਜਾਂਦੇ ਕੀ ਸੁਨੇਹਾ ਇਸ ਸੰਬੰਧੀ ਤੁਸੀਂ ਦਿਓਗੇ, ਤੁਹਾਡੇ ਤੇ ਇੱਕ ਬਾਲੀਵੁੱਡ ਦੀ ਫਿਲਮ ਵੀ ਬਣ ਜਾ ਰਹੀ ਹੈ, ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਸਮੂਹ ਪੰਜਾਬੀਆਂ ਨੂੰ ਤਾਂ ਜੋ ਇਸ ਤ੍ਰਾਸਦੀ ਤੋਂ ਬਚ ਸਕਣ? ਮੈਂ ਇਹ ਕਹਾਂਗਾ ਕਿ ਚਲੋ ਜੋ ਹੋ ਗਿਆ ਸੋ ਹੋ ਗਿਆ, ਅੱਜ ਹੀ ਸੰਭਲ ਜਾਓ, ਇੱਕ ਇਹੋ ਜਿਹੀ ਰੈਸਕਿਊ ਟੀਮ ਬਣਾਓ ਜਿਹੜੀ ਕਿ ਇਸ ਵੇਲੇ ਕੰਮ ਕਰ ਸਕੇ, ਔਰ ਰੈਸਕਿਊ ਉਹ ਟੀਮ ਚ ਉਹ ਬੰਦੇ ਹੋ ਜਿਹਨਾਂ ਨੂੰ ਇਸ ਚੀਜ਼ ਦਾ ਐਕਸਪੀਰੀਅੰਸ ਆ, ਜਿਹਨਾਂ ਨੂੰ ਜ਼ਮੀਨ ਦਾ ਪਤਾ ਵਾ, ਔਰ ਉਹ ਮਟੀਰੀਅਲ ਜਿਹੜਾ ਵਾ ਉਹ ਅਵੇਲੇਬਲ ਹੋਵੇ। ਕਈ ਮਟੀਰੀਅਲ ਹੈਗੇ ਨੇ ਜਿਹੜੇ ਸਾਡੇ ਕੋਲ ਤੇ ਉਂਝ ਪਏ ਆ, ਬਹੁਤ ਲੋਕਾਂ ਕੋਲ ਹੈਗਾ, ਜਿੱਦਾਂ ਅਸੀਂ ਕਹਿੰਦੇ ਸਾਨੂੰ ਬਲੱਡ ਗਰੁੱਪ ਚਾਹੀਦਾ, ਬੀ ਪੋਜ਼ਿਟਿਵ ਦਾ ਪਲਾਂਟ, ਸਾਨੂੰ ਲੋਕਲ ਲਿਸਟਾਂ ਬਣੀਆਂ ਨੇ, 1 ਸੈਕਿੰਡ ਦੇ ਅੰਦਰ 100 ਬੰਦਾ ਉੱਥੇ ਖੜਾ ਹੁੰਦਾ। ਇਸ ਲਈ ਮਸ਼ੀਨਰੀ ਜਿਹੜੀ ਆ ਉਹਦੇ 'ਚ ਪੂਰੀ ਲਿਸਟ ਹੋਵੇ, ਤੁਹਾਨੂੰ ਪਤਾ ਕਿ ਇਸ ਸ਼ਹਿਰ ਦੇ ਵਿੱਚ ਫਲਾਣੇ ਬੰਦੇ ਕੋਲ ਆਹ ਮਸ਼ੀਨਰੀ ਹੈਗੀ ਆ, ਜੇ ਤੁਸੀਂ ਉਹ ਸ਼ਹਿਰ ਜਾਣਾ ਤੁਸੀਂ ਇੱਥੋਂ ਟੈਲੀਫੋਨ ਕਰ ਦੇਣਾ ਕਿ ਆਹ ਮਸ਼ੀਨ ਨੂੰ ਫਲਾਣੇ ਥਾਂ ਤੇ ਪਹੁੰਚਾ ਦੇ। ਬਹੁਤ ਜਨਤਾ ਵਾ ਜਿਹੜਾ ਇਹ ਕੰਮ ਕਰਨ ਨੂੰ ਤਿਆਰ ਹੈ, ਜਸਵੰਤ ਸਿੰਘ ਗਿੱਲ ਦੱਸ ਕੇ ਗਏ ਨੇ ਕਿ ਮੈਨੇਜਮੈਂਟ ਦੀ ਕਮੀ ਸੀ, ਅਸੀਂ ਪ੍ਰੋਫੈਸ਼ਨਲ ਦੀ ਟੀਮ ਜਿਸ ਤਰ੍ਹਾਂ ਬਾਜੀਗਰ ਬੱਚਾ ਸੀ ਜਾਂ ਹੋਰ ਸੀ, ਇਸ ਤਰ੍ਹਾਂ ਦੇ ਕਮਾਂਡੋ ਪ੍ਰੋਫੈਸ਼ਨਲ ਦੀ ਟੀਮ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਰੋਬੋਟ ਦੀ, ਜਿਹੜਾ ਮਤਲਬ ਕੱਢ ਸਕਦਾ, ਕੀ ਲੱਗਦਾ ਉਹ ਹੋ ਸਕੇਗਾ, ਜਾਂ ਜਿਸ ਤਰ੍ਹਾਂ ਬੋਰਵੈਲ ਨੇ
ਲੋਕ ਉਹਨਾਂ ਨੂੰ ਬੰਦ ਕਰਨਗੇ ਜਾਂ ਸਿਰਫ ਕੈਂਡਲ ਮਾਰਚ ਜਲਾ ਕੇ ਹੋਰ ਮੋਮਬੱਤੀਆਂ ਦੀ ਰੋਸ਼ਨੀ ਸੇਕ ਪੈਦਾ ਕਰਨਗੇ, ਧਰਨੇ ਮੁਜ਼ਾਹਰੇ ਕਰਨਗੇ? ਦੇਖੋ ਗੱਲ ਇਹ ਹੈਗੀ ਆ ਟਵਾਣਾ ਸਾਹਿਬ, ਪਹਿਲਾਂ ਤਾਂ ਕੈਪਟਨ ਸਾਹਿਬ ਜਿਹੜੇ ਹੁਣ ਦੱਸਣ ਲੱਗੇ ਨੇ ਬੋਰਵੈੱਲਾਂ ਬਾਰੇ ਦੱਸੋ, ਹੁਣ ਤੱਕ ਡਿਪਟੀ ਕਮਿਸ਼ਨਰ ਦੇ 3 ਆਰਡਰ ਜਾਰੀ ਹੋ ਚੁੱਕੇ ਨੇ ਕਿ ਬੋਰਵੈੱਲ ਲੰਗੇ ਨਾ ਰੱਖੋ, ਫਲਾਣਾ ਨਾ ਕਰੋ, ਢਿਮਕਾ ਨਾ ਕਰੋ, ਪਰ ਇੰਪਲੀਮੈਂਟ ਇਹ ਜਾ ਕੇ ਪਹਿਲਾਂ ਮੈਂ ਇਹੀ ਕਹਿੰਦਾ ਕਿ ਬਜਾਏ ਇਸ ਦੇ ਕੈਪਟਨ ਸਾਹਿਬ ਡੀਸੀਆਂ ਤੋਂ ਏਅਰਪੋਰਟ ਮੰਗਣ ਵੀ ਜਿੰਨੇ ਖਾਲੀ ਪਏ ਨੇ ਕਿਉਂ ਪਏ ਨੇ, ਉਹ ਬਨੰਗੇ ਕਿਉਂ ਪਏ ਨੇ, ਤੁਸੀਂ ਉੱਥੇ ਕੀਤਾ ਕੀ ਹੈ? ਸਵੇਰ ਸਵੇਰ ਦਫ਼ਤਰਾਂ ਦੇ ਠੰਡੇ ਕਮਰਿਆਂ ਦੇ ਵਿੱਚ ਬਹਿ ਕੇ ਰਿਪੋਰਟਾਂ ਦੇਂਦੇ? ਹੁਣ ਦੇਖੋ ਬਰਸਾਤ ਦਾ ਮੌਸਮ ਆ ਰਿਹਾ, ਜਾਰੀ ਕਰ ਦੇਣਗੇ ਜੀ ਅਸੀਂ ਕੰਟਰੋਲ ਰੂਮ ਬਣਾਤਾ, ਅਸੀਂ ਫਲਾਨਾ ਕਰਤਾ, ਟਿਪਕਾ ਕਰਤਾ, ਆਹ ਆਪਣੇ ਸਾਹਮਣੇ ਵੱਡੀ ਨਦੀ ਦੇ ਉੱਤੇ ਇੱਕ ਕੰਟਰੋਲ ਰੂਮ ਬਣਦਾ, ਮੇਰਾ ਨਹੀਂ ਖਿਆਲ ਆ ਵੀ ਉਹਦਾ ਸਾਰੇ ਸਾਲ ਦੇ ਵਿੱਚ ਕਦੇ ਦਰਵਾਜ਼ਾ ਖੁੱਲ੍ਹਿਆ ਹੋਣਾ, ਉਹ ਜਾਂ ਡਿਪਟੀ ਕਮਿਸ਼ਨਰ ਨੇ ਕਦੇ ਇੱਥੇ ਗੇੜਾ ਵੀ ਮਾਰਿਆ ਹੋਣਾ। ਇਹ ਠੰਡੇ ਕਮਰੇ ਦੇ ਵਿੱਚ ਇੰਪਲੀਮੈਂਟ ਨਹੀਂ ਹੋ ਗਿਆ, ਇਹ ਤੇ ਕੋਈ ਜਾਂਚ ਬੈਠੇਗੀ, ਇਹਦੇ ਜਾਂਚ ਹੋਣੀ ਚਾਹੀਦੀ ਹੈ, ਇਹਦੀ ਬਕਾਇਦਾ ਜੇ ਡੀਸੀ ਦਾ ਕਸੂਰ ਹੈ ਤਾਂ ਡੀਸੀ ਵਿਰੁੱਧ, ਜੇ ਕਿਸੇ ਹੋਰ ਦਾ ਕਸੂਰ ਹੈ ਲੈ ਕੇ ਵਾਪਸ ਲੈ ਗਿਆ, ਦੂਸਰੇ ਪ੍ਰੈਸ ਨੋਟ 'ਚ ਵਾਪਸ ਲੈ ਲਏ, ਪਹਿਲੇ 'ਚ ਕਰਤੇ ਸੀਗੇ, ਕੀ ਕਾਰਨ? ਨਹੀਂ, ਮੈਂ ਉਹੀ ਗੱਲ ਕਰਦਾ ਨਾ ਕਿ ਸਰਕਾਰਾਂ ਦੀ ਇੱਛਾ ਸ਼ਕਤੀ ਦੀ ਘਾਟ ਹੈ, ਸਰਕਾਰਾਂ ਜਿਹੜੇ ਪੋਲੀਟੀਸ਼ੀਅਨ ਨੇ ਇਸ ਵੇਲੇ ਮੰਤਰੀ ਨੇ ਉਹ ਇਸੇ ਗੱਲ ਦਾ ਰੌਲਾ ਪਾਉਂਦੇ ਨੇ ਕਿ ਕੈਪਟਨ ਸਰਕਾਰ ਸਾਰੀ ਦੀ ਸਾਰੀ ਅਫਸਰਸ਼ਾਹੀ 'ਤੇ ਨਿਰਭਰ ਹੈਗੀ ਹੈ, ਜੋ ਜਾ ਕੇ ਅਫਸਰਸ਼ਾਹੀ ਕਹਿ ਦਿੰਦੀ ਹੈ। ਪਿਛਲੀ ਸਰਕਾਰ ਵੇਲੇ ਵੀ ਇਹੀ ਗੱਲ ਚੱਲਦੀ ਸੀ ਕਿ ਅਫਸਰਸ਼ਾਹੀ ਜਾਂ ਤਾਂ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਆਪਣੇ ਬੰਦਿਆਂ 'ਤੇ ਵਿਸ਼ਵਾਸ ਹੀ ਨਹੀਂ ਹੈਗਾ ਕਿ ਉਹ ਚੱਜ ਦਾ ਕੰਮ ਕਰ ਦੇਣਗੇ। ਇਹ ਵਾਰ ਵਾਰ ਜਿਹੜੀ ਬਿਊਰੋਕਰੇਸੀ ਨੂੰ ਅੱਗੇ ਕਰਕੇ ਕੀਤਾ ਜਾ ਰਿਹਾ, ਇਹਦੇ ਨਾਲ ਪਾਰਟੀਆਂ ਦਾ ਆਪਦਾ ਵਿਕਾਰ ਵੀ ਘਟਿਆ ਹੈਗਾ, ਇਹਦੇ ਨਾਲ ਲੋਕਾਂ ਦਾ ਵਿਸ਼ਵਾਸ ਵੀ ਘਟਿਆ ਹੈਗਾ, ਕਿਉਂਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਸਿੱਧੇ ਸੰਪਰਕ ਲੋਕਾਂ ਨਾਲ ਨਹੀਂ ਹੁੰਦੇ। ਜਦੋਂ ਆਪਾਂ ਦੇਖਿਆ ਪਿਛਲੇ 20-25 ਸਾਲ ਦੇ ਵਿੱਚ ਜਿਹੜਾ ਪੋਲੀਟੀਸ਼ੀਅਨ ਦਾ ਕਿਰਦਾਰ ਹੁੰਦਾ ਸੀ ਉਹ ਘੱਟ ਕੇ ਬਹੁਤ ਨੀਵੇਂ ਪੱਧਰ 'ਤੇ ਚਲਿਆ ਗਿਆ ਹੈਗਾ, ਤਾਲਮੇਲ ਇਹਨਾਂ ਦਾ ਆਪਸ ਵਿੱਚ ਦੀ ਬਿਲਕੁਲ ਨਹੀਂ ਹੈਗਾ, ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਵਾਲੇ ਬਿਲਕੁਲ ਧਿਆਨ ਨਹੀਂ ਦਿੰਦੇ ਹੈਗੇ, ਅਤੇ ਲੋਕਾਂ ਦੇ ਵੀ ਆਪਣੇ ਫਰਜ਼ ਆ, ਲੋਕਾਂ ਦੇ ਇਹ ਫਰਜ਼ ਨਹੀਂ ਹੈਗੇ ਕਿ ਅਸੀਂ ਅੱਜ ਜਾਮ ਲਾ ਦਿੱਤੇ ਹੈਗੇ। ਇੱਕ ਫਤਿਹਵੀਰ ਜਿਹੜਾ ਕਿ ਉਹ ਪਾਈਪ ਦੇ ਵਿੱਚ ਮਰ ਗਿਆ ਹੈਗਾ, ਉਹ ਘਾਟ ਜਿਹੜੇ ਸਾਡੇ ਪ੍ਰਬੰਧਾਂ ਦੀ ਘਾਟ ਕਾਰਨ, ਤਾਲਮੇਲ ਦੀ ਘਾਟ ਕਾਰਨ, ਟੈਕਨੀਕਲ ਟੀਮਾਂ ਨਾ ਹੋਣ ਕਾਰਨ, ਹਰ ਡੀ ਸੀ ਦੇ ਦਫ਼ਤਰ ਦੇ ਵਿੱਚ ਜਿਹੜਾ ਇਹ ਕੁਦਰਤੀ ਆਫਤਾਂ ਨਾਲ ਨਜਿੱਠਣ ਵਾਸਤੇ ਇੱਕ ਵਿੰਗ ਬਣਿਆ ਹੋਇਆ ਹੈ, ਕਿੰਨੇ ਬੰਦੇ ਉੱਥੇ ਕੰਮ ਕਰਦੇ ਨੇ, ਕਿਸੇ ਜ਼ਿਲ੍ਹੇ ਦੇ ਵਿੱਚ ਜੇ ਤੁਸੀਂ ਮੈਨੂੰ ਦੱਸ ਦਿਓ ਇੱਕ ਵੀ ਟੈਕਨੀਕਲ ਬੰਦਾ ਉਸ ਵਿੰਗ ਦੇ ਵਿੱਚ ਹੋਵੇ? ਕਦੇ ਨਹੀਂ ਹੋਣਾ। ਕੋਈ ਕਲਰਕ ਹੋਣਾ ਜਾਂ ਕੋਈ ਦਰਜਾ ਚਾਰ ਦਾ ਬੰਦਾ ਬੈਠਾ ਉੱਥੇ ਹੋਣਾ, ਕੋਈ ਵੀ ਟੈਕਨੀਕਲ ਬੰਦਾ ਉਹਦੇ ਨਾਲ ਸੰਬੰਧਿਤ ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਹੋਵੇ। ਮਤਲਬ ਇੱਥੇ ਉਲਟ ਕੰਮ ਦੇ ਉੱਤੇ ਚੱਲ ਰਹੇ ਨੇ। ਇੱਕ ਵਾਰੀ ਪ੍ਰੋਫੈਸ਼ਨਲ ਦੀ ਜਗ੍ਹਾ ਪ੍ਰੇਮੀ ਅੱਗੇ ਲਿਆਂਦੇ ਗਏ, ਤ੍ਰਾਸਦੀ ਤਾਂ ਇਸ ਗੱਲ ਦੀ ਹੈ। ਮੈਂ ਚਲੋ ਜੇ ਉਹ ਚੰਗਾ ਕੰਮ ਕਰਦੇ ਨੇ ਇਸ ਜਗ੍ਹਾ ਦੇ ਉੱਤੇ, ਸਾਨੂੰ ਕਿਸੇ ਪ੍ਰੇਮੀ ਨੂੰ ਧਾਰਮਿਕਤਾ ਨੂੰ ਜਾਂ ਉਹ ਉੱਥੇ ਕਿਸੇ ਨੂੰ ਨਹੀਂ ਲਿਆਉਣਾ ਚਾਹੀਦਾ ਸੀ। ਜੇ ਇਹਨਾਂ ਦੇ ਸਮਝ 'ਚ ਨਹੀਂ ਆਉਂਦਾ ਸੀ ਤਾਂ ਪਹਿਲੇ ਦਿਨ ਤੋਂ ਹੀ ਇਹ ਜਿਹੜਾ ਆਪਰੇਸ਼ਨ ਸੀਗਾ ਮਿਲਟਰੀ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ। ਮਿਲਟਰੀ ਵਾਲੇ ਭਾਵੇਂ ਦੱਖਣ 'ਚੋਂ ਮੰਗਾਉਂਦੇ, ਭਾਵੇਂ ਉੱਤਰ 'ਚੋਂ ਮੰਗਾਉਂਦੇ, ਭਾਵੇਂ ਪੱਛਮ ਤੋਂ ਮੰਗਾਉਂਦੇ, ਜਿੱਥੇ ਵੀ ਉਹਨਾਂ ਦਾ ਐਕਸਪਰਟ ਟੀਮ ਬੈਠੀ ਸੀ, ਇਸ ਹਿੰਦੁਸਤਾਨ ਦੇ ਵਿੱਚ 2 ਘੰਟੇ ਦੇ ਵਿੱਚ ਉਹ ਟੀਮ ਬਾਈ ਏਅਰ ਪਹੁੰਚ ਸਕਦੀ ਹੈ। ਇੱਥੇ ਨਾਕਾਮੀ ਸਾਬਤ ਹੋਈ ਹੈ, ਇਹ ਨਾਕਾਮੀ ਡਿਪਟੀ ਕਮਿਸ਼ਨਰ ਨੂੰ ਮੰਨਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਦੇ ਪਿੱਛੇ ਕੋਈ ਹੋਰ ਸ਼ਕਤੀ ਕੰਮ ਕਰਦੀ ਸੀ ਜਿਹੜੀ ਉਹਨਾਂ ਨੂੰ ਇਸ ਗੱਲ ਤੋਂ ਰੋਕ ਰਹੀ ਸੀਗੀ। ਸਾਨੂੰ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਅਸੀਂ ਧਰਨੇ ਦੇ 'ਤੇ, ਐਂਬੂਲੈਂਸਾਂ ਅਸੀਂ ਨਹੀਂ ਲੰਘਣ ਦਿੰਦੇ, ਕੋਈ ਜ਼ਰੂਰੀ ਸੇਵਾਵਾਂ ਅਸੀਂ ਠੱਪ ਕਰ ਦਿੰਦੇ ਹਾਂ, ਅੱਜ ਸੰਗਰੂਰ ਬੰਦ ਹੈ, ਅੱਜ ਸੰਗਰੂਰ ਬੰਦ ਹੈ, ਇਸ ਨਾਲ ਇਹ ਕੰਮ ਨਹੀਂ ਹੋਣਾ, ਬੰਦ ਕਰਕੇ ਅਸੀਂ ਉਹਨਾਂ ਗਰੀਬਾਂ ਨੂੰ ਜਿਨ੍ਹਾਂ ਨੇ ਇੱਕ ਦਿਨ ਆਪਦਾ ਕਾਰੋਬਾਰ ਕਰਕੇ ਸ਼ਾਮ ਨੂੰ ਰੋਟੀ ਖਾਣੀ ਹੈ, ਉਹਨਾਂ ਦੇ ਕਾਰੋਬਾਰ 'ਤੇ ਲੱਤ ਮਾਰਦੇ ਹਾਂ। ਇਹ ਬਾਬੇ ਨਾਨਕ ਨੇ ਨਹੀਂ ਕਹੀ, ਬਾਬੇ ਨਾਨਕ ਨੇ ਕਿਹਾ ਸੀ ਕਿਰਤ ਕਰੋ। ਇਹਦੇ ਨਾਲੋਂ ਇਹ ਸੀ ਕਿ ਅੱਜ ਸਾਰੇ ਇਕੱਠੇ ਹੋ ਕੇ ਆਪਾਂ ਪਰਨ ਕਰਦੇ ਕਿ ਅੱਜ ਹੀ ਸ਼ਾਮ ਤੋਂ ਪਹਿਲਾਂ ਜਿੰਨੇ ਬੋਰਵੈੱਲ ਜਾਂ ਜਿੰਨੇ ਢੱਕਣ ਪਏ ਨੇ, ਅਸੀਂ ਲੰਗਰ ਦੇ ਉੱਤੇ ਤਾਂ 1 ਲੱਖ ਰੁਪਇਆ ਲਾ ਦਿੰਦੇ ਹਾਂ, 500 ਰੁਪਇਆ ਸਫਾਈ 'ਤੇ ਨਹੀਂ ਲਾਉਂਦੇ। ਦੋ ਹਫ਼ਤੇ ਥਰਮੋਕੋਲ ਜਿਹੜੇ ਸੜਕਾਂ 'ਤੇ 4-4 ਹਫ਼ਤੇ ਖੇਡੇ ਪਏ ਰਹਿੰਦੇ ਨੇ, ਜੇ ਅਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦਿੰਦੇ ਹਾਂ ਉੱਥੇ ਅਸੀਂ ਕਿਉਂ ਜ਼ਿੰਮੇਵਾਰ ਨਹੀਂ ਹੈਗੇ? ਅਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹਾਂ, ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਬੰਦ ਕਰਨ ਦੀ ਥਾਂ 'ਤੇ ਉੱਤੇ ਅੱਜ ਪਰਨ ਕਰਦੇ, ਪਰਨ ਕਰਕੇ ਕਿ ਕਿਸੇ ਵੀ ਬੋਰਵੈੱਲ ਦਾ ਢੱਕਣ ਅਸੀਂ ਸਾਰੀਆਂ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਥੋੜ੍ਹੇ ਪੈਸੇ ਇਕੱਠੇ ਕਰਕੇ, ਸਰਕਾਰਾਂ ਨੇ ਤੁਹਾਡਾ ਕੁਛ ਨਹੀਂ ਕਰਨਾ, ਸਰਕਾਰਾਂ 'ਤੇ ਨਿਰਭਰ ਰਹਿਣਾ ਛੱਡ ਦਿਓ। ਜਿਹੋ ਜਿਹੇ ਲੋਕ ਤੁਸੀਂ ਚੁਣੋਗੇ ਉਹਨਾਂ ਨੇ ਉਸ ਤਰ੍ਹਾਂ ਦੇ ਕੰਮ ਕਰਨੇ ਆ, ਜਾਂ ਤਾਂ ਉਹ ਲੋਕਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਕੁਛ ਕਰਦੇ ਨੇ, ਉਹਨਾਂ ਨੂੰ ਸਰਮਾਏਦਾਰ ਪਾਰਟੀ ਨੇ। ਮੈਂ ਅੱਜ ਹੀ ਡਾਕਟਰ ਸੁੱਚਾ ਸਿੰਘ ਗਿੱਲ ਦਾ ਆਰਟੀਕਲ ਪੜ੍ਹ ਰਿਹਾ ਸੀ ਕਿ ਕੁਝ ਪਰਿਵਾਰ ਨੇ ਜਿਹੜੇ ਉਹ ਹਿੰਦੁਸਤਾਨ ਦੇ ਉੱਤੇ ਕਾਬਜ ਹੋ ਗਏ ਨੇ ਸਰਮਾਏਦਾਰੀ ਵਾਲੇ, ਜਿਹੜੇ ਕਿ ਨਹੀਂ ਹੋਣੇ ਚਾਹੀਦੇ, ਦੂਜੇ ਕਾਰੋਬਾਰਾਂ ਵਾਲੇ ਅੱਗੇ ਜਾਣੇ ਚਾਹੀਦੇ ਸੀ। ਤੁਹਾਨੂੰ ਆਪਣਾ ਕੰਮ ਆਪ ਚੱਕਣਾ ਪਵੇਗਾ। ਜਦੋਂ ਪਹਿਲਾਂ ਤੁਸੀਂ ਪਿੰਡ ਪੱਧਰ 'ਤੇ ਕਮੇਟੀ ਬਣਾਓ, ਸ਼ਹਿਰ ਪੱਧਰ 'ਤੇ ਬਣਾਓ, ਹੋਰ ਵੱਡੇ ਪੱਧਰ 'ਤੇ ਕਮੇਟੀ ਬਣਾਓ। ਟਵਾਣਾ ਸਾਹਿਬ, ਜਦੋਂ ਤੱਕ ਤੁਸੀਂ ਆਪ ਨਹੀਂ ਚੱਕਾਂਗੇ, ਆਪਾਂ ਇਨਵਾਇਰਮੈਂਟ ਪਾਰਕ 'ਚ ਕੰਮ ਕਰਦੇ ਹਾਂ, ਤੁਸੀਂ ਸਾਡੇ ਨਾਲ ਕੰਮ ਕਰਦੇ ਹੋ, ਉੱਥੇ ਕੋਈ ਸਰਕਾਰ ਦਾ ਉਹ ਤਾਂ ਨਹੀਂ ਹੈਗਾ ਨਾ? ਅਸੀਂ ਉਹ ਸਾਰਾ ਕਾਰੋਬਾਰ ਆਪਾਂ ਲੋਕਾਂ ਨੇ ਆਪਦੇ ਸਿਰ
ਮੈਂ ਇਹ ਕਹਿਣਾ ਵੀ ਜਦੋਂ ਤੱਕ ਤੁਸੀਂ ਨਹੀਂ ਕਰੋਗੇ ਅੱਜ ਹੀ ਸਾਰੇ ਗਟਰਾਂ ਨੂੰ ਠੀਕ ਕਰੋ। ਇੱਥੇ ਅਮਲੀ ਇੰਨੇ ਤੁਰੇ ਫਿਰਦੇ ਨੇਗੇ, ਉਹ ਗਟਰਾਂ ਨੂੰ ਪਹਿਲਾਂ ਲੋਹੇ ਦੇ ਰੱਖੇ ਜਾਂਦੇ ਸੀ ਢੱਕਣ, ਲੋਹੇ ਦੇ ਚੱਕ ਚੱਕ ਕੇ ਸਾਰੇ ਵੇਚਤੇ। ਉਹ ਕਿਹਨੇ ਵੇਚੇ ਨੇ? ਸਾਡੇ ਲੋਕਾਂ ਨੇ ਵੇਚੇ ਆ ਨਾ। ਉਹਨਾਂ ਵਿਰੁੱਧ ਕਿੰਨੀ ਕੁ ਕਾਰਵਾਈ ਹੋਈ ਹੈ? ਇਹ ਜਿਹੜਾ ਸਾਡਾ ਸਿਸਟਮ ਜਿਹਨੂੰ ਜੰਗਾਲ ਲੱਗੀ ਆ ਬਹੁਤ ਵੱਡੀ ਪੱਧਰ ਦੇ ਉੱਤੇ, ਇਹਦੀ ਜੰਗਾਲ ਲਾਉਣ ਦੀ ਲੋੜ ਹੈ। ਇਹ ਜੰਗਾਲ ਉਦੋਂ ਲਾਹੂਗੀ ਜਦੋਂ ਤੁਸੀਂ ਲੋਕ ਜਾਗੋਗੇ, ਆਪਣੇ ਫਰਜ਼ਾਂ ਨੂੰ ਪਛਾਣੋਗੇ। ਜਦੋਂ ਤੁਸੀਂ ਆਪਣੇ ਫਰਜ਼ ਪਛਾਣ ਲਏ ਔਰ ਵੋਟਾਂ ਵੇਲੇ ਤੁਸੀਂ ਇੱਕ ਸ਼ਰਾਬ ਦੀ ਬੋਤਲ ਜਾਂ ਚੰਦ ਕੁ ਰੁਪਈਆਂ ਦੇ ਲਾਲਚ ਦੇ ਵਿੱਚ ਸਾਰਾ ਦਿਨ ਪੌਣੇ ਪੰਜ ਤੱਕ ਬੈਠੇ ਰਹਿੰਦੇ ਆ, ਬਹੁਤ ਸਾਰੇ ਮਾਫ਼ ਕਰਨਾ ਮੈਨੂੰ ਉਹਨਾਂ ਲੋਕਾਂ 'ਤੇ ਕਹਿਣ 'ਤੇ ਅਫਸੋਸ ਜਾ ਰਹਿੰਦਾ ਹੈ ਕਿ ਪੌਣੇ ਪੰਜ ਉਦੋਂ ਤੁਰਦੇ ਨੇ ਜਦੋਂ ਕਿਸੇ ਪਾਸੋਂ ਕੋਈ ਨਹੀਂ ਆਈ ਅਤੇ ਫਿਰ ਜਾ ਕੇ ਵੋਟ ਪਾਉਣ ਜਾਂਦੇ ਆ। ਲੋਕੋ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਤਾਂ ਇਸ ਤਰ੍ਹਾਂ ਦੇ ਫਤਿਹ ਵੀਰ ਇਸੇ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਜੰਗਾਲੇ ਸਿਸਟਮ ਦਾ ਸ਼ਿਕਾਰ ਹੁੰਦੇ ਰਹਿਣਗੇ। ਇਹਦੇ ਲਈ ਤੁਹਾਨੂੰ ਇਕੱਠੇ ਹੋ ਕੇ ਆਪ ਅੱਗੇ ਆਉਣਾ ਪਵੇਗਾ, ਆਪ ਅੱਗੇ ਆ ਕੇ ਆਪਣੇ ਆਪ ਨੂੰ ਸੰਭਾਲਣਾ ਪਵੇਗਾ। ਆਪਣੇ ਮੁਹੱਲਿਆਂ 'ਚ ਸੰਭਾਲੋ, ਆਪਣੇ ਘਰਾਂ 'ਚ ਸੰਭਾਲੋ, ਆਪਣੇ ਕਬੀਲਿਆਂ 'ਚ ਸੰਭਾਲੋ, ਨਹੀਂ ਤਾਂ ਧੜਾ ਧੜ ਇਹ ਸਾਰੀ ਨੌਜਵਾਨਤਾ ਜਿਹੜੀ ਆ ਵਿਦੇਸ਼ਾਂ ਦੀ ਧਰਤੀ 'ਤੇ ਜਾ ਰਹੀ ਹੈ। ਅਸੀਂ ਕਿਸੇ ਵੇਲੇ ਇਸ ਦੇਸ਼ ਦੇ ਵਿੱਚੋਂ ਗੋਰੇ ਕੱਢੇ ਸੀ ਕਿ ਅਸੀਂ ਉਹਨਾਂ ਦੇ ਗੁਲਾਮ ਹੈ, ਅੱਜ ਅਸੀਂ ਆਪ ਜਾ ਕੇ ਉਹਨਾਂ ਦੇ ਗੁਲਾਮ ਹੋ ਰਹੇ ਹਾਂ ਉਹਨਾਂ ਦੀ। ਬਿਲਕੁਲ। ਸੋ ਢਿੱਲੋਂ ਸਾਹਿਬ, ਜਿਸ ਤਰ੍ਹਾਂ ਤੁਸੀਂ ਵਾਤਾਵਰਨ ਪਾਰਕ ਦੇ ਪ੍ਰੈਜ਼ੀਡੈਂਟ ਹੋ, ਪੰਜਾਬ ਦਾ ਇਹ ਸਭ ਤੋਂ ਲੰਮਾ ਵਾਤਾਵਰਨ ਕੱਚਾ ਟਰੈਕ ਹੈ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਫਤਿਹਵੀਰ ਨੂੰ ਤੁਸੀਂ ਜੇ ਸ਼ਰਧਾਂਜਲੀ ਦੇਣੀ ਹੈ ਤਾਂ ਸਭ ਤੋਂ ਵਧੀਆ ਤਰੀਕਾ ਕਿ ਰੁੱਖ ਉਹਦੀ ਯਾਦ 'ਚ ਲਾਇਆ ਜਾਵੇ, ਬੂਟਾ ਲਾਇਆ ਜਾਵੇ, ਉਸਨੂੰ ਰੁੱਖ ਬਣਦਿਆਂ ਵੇਖਿਆ ਜਾਵੇ, ਫਿਰ ਅਹਿਸਾਸ ਹੋਵੇ ਕਿ ਇਹ ਬੂਟਾ ਮੈਂ ਕਿਸ ਕਾਰਜ ਲਈ ਲਾਇਆ ਸੀ। ਤੁਸੀਂ ਹਰ ਪਿੰਡ 'ਚ ਲੱਗੇ, ਤੁਸੀਂ ਉਸਨੂੰ ਯਾਦ ਕਰਦਿਆਂ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਹੜਾ ਕਿਸੇ ਦੇ ਵਾਸਤੇ ਜਾਨਲੇਵਾ ਸਾਬਤ ਹੋਵੇ। ਸ਼ਾਇਦ ਵਿਛੜੇ ਫਤਿਹਵੀਰ ਨੂੰ ਇਹੀ ਸਭ ਤੋਂ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਸੋ ਇਸ ਦੇ ਨਾਲ ਹੀ ਸਾਹਿਬ ਜਸਪਾਲ ਸਿੰਘ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜਸਵੰਤ ਸਿੰਘ ਗਿੱਲ ਉੱਘੇ ਇੰਜੀਨੀਅਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਅਕਾਲ ਚੈਨਲ ਦੇ ਸਤਿਕਾਰਤ ਸੱਚ ਦਾ ਸਾਹਮਣਾ ਪ੍ਰੋਗਰਾਮ ਦੇ ਦਰਸ਼ਕਾਂ ਤੋਂ ਆਗਿਆ ਚਾਹਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।